ਦਾ ਸ਼ਹਾਦਤ ਹੁੰਦੀ ਆ ਤੁਹਾਡੇ ਘਰ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਦੀ ਉਸ ਤੋਂ ਪਹਿਲਾਂ ਦਾਦਾ ਜੀ ਵੀ ਸ਼ਹਾਦਤ ਹੁੰਦੀ ਸ਼ਹਾਦਤ ਹਾਂਜੀ ਜਦੋਂ ਮੈਂ 13 ਦਿਨ ਦਾ ਸੀਗਾ ਮੇਰੇ ਦਾਦਾ ਜੀ ਸ਼ਹੀਦ ਹੋ ਗਏ ਸੀ ਫਾਦਰ ਸਾਹਿਬ ਤੇ ਦਾਦਾ ਜੀ ਇਕੱਠੇ ਮਿਲੇ ਕਿਤੇ ਜਦੋਂ ਫੋਨ ਨਹੀਂ ਹੁੰਦੇ ਸੀ ਤੇ ਫਾਦਰ ਸਾਹਿਬ ਕਹਿੰਨਗੇ ਆਜ ਤੁਹਾਨੂੰ ਤੁਹਾਡਾ ਪੁੱਤ ਉਹਨਾਂ ਦੇ ਲੈ ਕੇ ਆਈ ਗੀ ਆਸ ਤੇ ਜੇ ਨਾਕਾ ਲੱਗਿਆ ਸੀ ਉੱਥੇ ਫੜੇ ਗਏ ਤੇ ਫਾਦਰ ਸਾਹਿਬ ਉੱਥੋਂ ਖਾਣੇ ਦੇ ਉੱਪਰੋਂ ਛਾਲ ਮਾਰ ਕੇ ਭੱਜ ਗਏ ਕੋਈ ਅਫਸਰ ਕੋਈ ਆਇਆ ਵੀ ਉਹ ਕੌਣ ਸੀ ਜਿਹੜਾ ਤੁਹਾਡੇ ਨਾਲ ਦੇ ਉੱਤੇ ਫਾਦਰ ਸਾਹਿਬ ਨੇ ਕਿਹਾ ਵੀ ਉਹ ਤੁਹਾਡਾ ਪਿਓ ਰਿਸ਼ ਪਾਲਸੀ ਮੈਂ ਉਹਦਾ ਪਿਓ ਆ ਤੇ ਹੁਣ ਤੁਸੀਂ ਕਰ ਲਓ ਕੀ ਕਰਨਾ ਤੇ ਉਹ ਉਹਨਾਂ ਨੂੰ ਡਰੋਗੇਟ ਕਰਕੇ ਜਿਹੜਾ ਤੁਸੀਂ ਇਹ ਦੇ ਕੇ ਸ਼ੀਰ ਕੀਤਾ ਖੀਚ ਉਹਨਾਂ ਦੇ ਵੀ ਗੋਲੀ ਮਰੀ ਗਈ ਤੋਂ ਬਾਅਦ ਨੋਮੀਨ ਦੇਸ਼ਾ ਜਦੋਂ ਫਾਦਰ ਸਾਹਿਬ ਫੇਸ ਹੋ ਗਏ ਸੀ ਕਿ ਫਾਦਰ ਸਾਹਿਬ ਨੇ ਅੱਗੇ ਮੰਗ ਕੀਤੀ ਵੀ ਮੈਂ ਇੱਕ ਕਾਉਮ ਦਾ ਜਰਨਲ ਆ ਕੋਈ ਜੇ ਤੁਹਾਡਾ ਕੋਈ ਜਰਨਲ ਆ ਕੀ ਗੱਲ ਗੁਰੂ ਜੀ ਤੋਂ ਮੈਂ ਫੇਰ ਕਰੂੰਗਾ ਨਹੀਂ ਮੈਂ ਮੈਂ ਗੱਲ ਨਹੀਂ ਕਿਸ ਨਾਲ ਕਰੂੰਗਾ ਤੇ ਉਹਨਾਂ ਨੇ ਫੇਰ ਕੇਪੀਐਸ ਗਿਲ ਨੂੰ ਲੈ ਕੇ ਆਉਣਾ ਚਾਹਿਆ ਜਿਹੜਾ ਕੇਪੀਐਸ ਗਿਲਾਇਆ ਤੇ ਫਰਖਸਾਹ ਮੇ ਕਹਿੰ ਮੈਨੂੰ ਪਾਣੀ ਦਿੱਤਾ ਜਾਵੇ ਜਦੋਂ ਉਹਨਾਂ ਨੇ ਪਾਣੀ ਦਿੱਤਾ ਤੇ ਫਰਖਸਾਹ ਨੇ ਪਾਣੀ ਦੀ ਜਿਹੜੀ ਘੁੱਟ ਸੀਗੀ ਉਹ ਪਰ ਕੇ ਮੂੰਹ ਦੇ ਮਰੀ ਗੁਰਲੀ ਮਰੀ ਤੇ ਉਹ ਕਹਿੰਦੇ ਵੀ ਕੌਮ ਦੇ ਇਕਦਾਰਾ ਵੀ ਤੂੰ ਹੋਰ ਕੀ ਕੋਣ 75 ਸਲਤਨ ਲੁਧਿਆਣੇ ਦੇ ਵਿੱਚ ਨੇ ਉਹਨਾਂ ਦਾ ਪਤਾ ਜਾਂ ਮੇਰੇ ਸਾਥੀਆਂ ਦਾ ਪਤਾ ਤਾਂ ਕੀ ਕਢਾਉਣਾ ਤੂੰ ਇਹੀ ਕਢਾ ਦੇ ਮੈਂ ਤੇ ਮੂੰਹ ਦੇ ਗੁਰਲੀ ਕੀਤੀ ਆ ਜਿਹੜਾ 9 ਸਾਲ ਦੀ ਉਮਰ ਸੀ ਮਾਤਾ ਜੀ ਟੀਕੇ ਚਲੇ ਗਈ 12 ਸਾਲ 12 ਦਿਨ ਦੀ ਉਮਰ ਸੀ ਪਿਤਾ ਜੀ ਚਲੇ ਗਏ ਜਦ ਰੋਣਾ ਆਉਂਦਾ ਸੀ ਕਿਸੇ ਟਾਈਮ ਰੋਂਦੇ ਵੀ ਸੀਗੇ ਜੇ ਕਦੇ ਸਾਡੇ ਫਾਦਰ ਸਾਹਿਬ ਹੁੰ ਨੀਏ ਸੋਚ ਲੈਂਦੇ ਵੀ ਸਾਡੇ ਪਰਿਵਾਰ ਨੂੰ ਮੇਰੇ ਤੋਂ ਬਾਅਦ ਕੋਈ ਸੰਭੂਗਾ ਜਾਂ ਉਹਨਾਂ ਦਾ ਕੋਈ ਖਿਆਲ ਰੱਖੂਗਾ ਤਾਂ ਉਹਨਾਂ ਦੀ ਕੋਈ ਕੁਰਬਾਨੀਆਂ ਨਹੀਂ ਹੋਣੀਆਂ ਸੀਗੀਆਂ ਜਿਹੜੀਆਂ ਉਹ ਕੁਰਬਾਨੀਆਂ ਹੋਈਆਂ ਨੇ ਉਹਨਾਂ ਦੇ ਮੁੱਲ ਨਹੀਂ ਹੁੰਦੇ ਉਹ ਸ਼ਾਤਾਂ ਹੁੰਦੀਆਂ ਨੇ ਗੁਰੂ ਸਾਹਿਬ ਵੱਲੋਂ ਸਾਨੂੰ ਬਖਸ਼ੀਆਂ ਗਈਆਂ ਨੇ ਉਹ ਤਾਂ ਸਾਡੇ ਬਰਸਤੇ ਨੇ ਅਸੀਂ ਮੰਨ ਤਾਂ ਜੇ ਬਿੱਟੂ ਨੂੰ ਕਿਵੇਂ ਦੇਖਦੇ ਹਾਂ ਉਹ ਤੁਹਾਡੀ ਪਾਰਟੀ ਨੂੰ ਕਹਿੰਦੇ ਨੇ ਉਹ ਕਹਿੰਦੇ ਖਾੜਕੂ ਆਵਾਜ਼ ਲਿਆ ਕੇ ਮੁੰਡੇ ਮਰਵਾਉਣਾ ਚਾਹੁੰਦੀ ਹੈ ਪਾਰਟੀ ਸਿਮਰ ਸਿੰਘ ਮਾਨ ਤੇ ਬਹੁਤ ਤਕੜੇ ਤੰਚ ਕੱਸਦੇ ਨੇ ਤੁਹਾਡੇ ਪਿਤਾ ਜੀ ਨੇ ਇਤਰੋ ਸ਼ਹੀਦ ਹੁੰਦੇ ਨੇ ਤਾਂ ਉਧਰਲੇ ਪਾਸਿਓਂ ਬਿੱਟੂ ਨੇ ਜਿਹੜੇ ਉਹ ਕਲੇਮ ਕਰਦੇ ਨੇ ਕਹਿੰਦੇ ਵੀ ਮੇਰਾ ਦਾਦਾ ਹੈ ਜਿਹੜਾ ਉਹ ਸ਼ਹੀਦਿਆ ਹਰਖ ਪੈਣ ਦੇ ਘਰ ਘਰ ਦੇ ਵਿੱਚ ਜਾ ਕੇ ਉਹ ਪਰਿਵਾਰ ਨੇ ਜਿਹੜੇ ਸ਼ਹੀਦ ਉਸ ਵੇਲੇ ਹੋਇਆ ਜਿਹੜੇ ਉਸ ਬਿਆੰਤੇ ਪੁੱਛੜ ਦੀ ਸਰਕਾਰ ਦੇ ਵਿੱਚ ਹੋਇਆ ਪਰ ਬਿੱਟੂ ਨੂੰ ਕਹੋ ਵੀ ਇੱਕ ਵਾਰ ਉਹਨਾਂ ਦੀ ਆਵਾਜ਼ ਜਾ ਕੇ ਜਾ ਕੇ ਗੱਡੀਆਂ ਆਪਣੀਆਂ ਵਾਈ ਸਿਕਿਉਰਟੀ 'ਚ ਉਤਰ ਕੇ ਨਾ ਕਦੇ ਤੁਰ ਕੇ ਦੇਖੇ ਤਾਂ ਸਹੀ ਵੀ ਉਹਰੇ ਦਾਦੇ ਨੇ ਕੀ ਕਹਿਰ ਕਮਾਇਆ ਸੀ ਇਸ ਪੰਜਾਬ ਦੀ ਧਰਤੀ ਤੇ ਭਾਈ ਰਸਪਾਲ ਸਿੰਘ ਸ਼ੰਤੜਾ ਦੇ ਪੁੱਤਰੋਂ ਤੁਸੀਂ ਤੁਹਾਡੇ ਵੱਲ ਇੰਨਾ ਉਤਸ਼ਾਹਿਤ ਕਿਉਂ ਨਹੀਂ ਹੋ ਰਹੇ ਲੋਕ ਜਾਂ ਤੁਹਾਡਾ ਇੰਨਾ ਸੋਸ਼ਲ ਮੀਡੀਆ ਤੇ ਵੀ ਲਾ ਲਈਏ ਜਾਂ ਪ੍ਰਚਾਰ ਕਿਉਂ ਨਹੀਂ ਹੋਇਆ ਸਾਤਸ਼੍ਰੀਕਾਲ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ ਜਿਵੇਂ ਜਿਵੇਂ 1 ਜੂਨ ਨੇੜੇ ਆ ਰਿਹਾ ਓਵੇਂ ਓਵੇਂ ਹਰ ਉਮੀਦਵਾਰ ਲੋਕਾਂ ਦੇ ਵਿੱਚ ਜਾ ਰਹੇ ਆਪਣੇ ਵਾਅਦੇ ਲੈ ਕੇ ਆਪਣੇ ਦਾਅਵੇ ਲੈ ਕੇ ਆਪਣੀਆਂ ਗੱਲਾਂ ਲੈ ਕੇ ਕਿ ਕਿੰਨਾ ਮੁੱਦਿਆਂ ਤੇ ਉਮੀਦਵਾਰ ਆ ਜਿਹੜੇ ਚੋਣ ਲੜ ਰਹੇ ਨੇ ਤਾਂ ਪੰਥਕ ਸੀਟਾਂ ਦਾ ਵੀ ਇਸ ਵਾਰ ਚਰਚਾ ਬਹੁਤ ਜ਼ਿਆਦਾ ਛੜਿਆ ਹੋਇਆ ਭਾਵੇਂ ਸੰਗਰੂਰ ਦੀ ਸੀਟ ਲਾ ਲਈਏ ਜਿੱਥੋਂ ਸਿਮਰ ਸਿੰਘ ਮਾਨ ਨੇ ਭਾਈ ਅਮਰਪਾਲ ਸਿੰਘ ਲਾ ਲਈ ਇੱਕ ਡੂਰ ਸਾਹਿਬ ਤੋਂ ਤਾਂ ਉੱਥੇ ਹੀ ਭਾਈ ਸਰਬਜੀਤ ਸਿੰਘ ਨੇ ਜਿਹੜੇ ਫਰੀਦਕੋਟ ਤੋਂ ਨੇ ਤਾਂ ਲੁਧਿਆਣੇ ਦੀ ਸੀਟ ਵੀ ਆ ਜਿਹੜੀ ਇੱਥੇ ਵੀ ਸਿਮਰ ਸਿੰਘ ਮਾਨ ਦੀ ਪਾਰਟੀ ਨੇ ਪੰਥਕ ਉਮੀਦਵਾਰ ਨੇ ਜਿਹੜੇ ਉਤਾਰੇ ਨੇ ਭਾਈ ਰਚਪਾਲ ਸਿੰਘ ਛੰਦੜਾ ਦੇ ਪੁੱਤਰ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ ਤਾਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿਸ ਤਰੀਕੇ ਦਾ ਹੰਗਾਰਾ ਹੈ ਲੋਕਾਂ ਦੇ ਵਿੱਚ ਕਿਉਂਕਿ ਪੰਥਕ ਸੀਟਾਂ ਨੇ ਜਿਹੜੀਆਂ ਇਸ ਵਾਰ ਪੰਥਕ ਚਿਹਰੇ ਨੇ ਜਿਹੜੇ ਚਾਰ ਸੀਟਾਂ ਦੇ ਉੱਪਰ ਉਤਾਰੇ ਗਏ ਨੇ ਤੁਸੀਂ ਵੀ ਉਹਨਾਂ ਚੋਂ ਇੱਕ ਹੋ ਬਹੁਤ ਚੜ੍ਹਦੀ ਕਲਾ ਦਾ ਹੰਗਾਰਾ ਮਿਲ ਰਿਹਾ ਜੀ ਨੌਜਵਾਨ ਖੁਦ ਫੋਨ ਕਰਕੇ ਜਿਹੜੇ ਆਪਣੇ ਆਪਣੇ ਪਿੰਡਾਂ ਵਿੱਚ ਬੁਲਾ ਰਹੇ ਆ ਤੇ ਬਾਕੀ ਚੜ੍ਹਦੀ ਕਲਾ 'ਚ ਲੱਗੇ ਹੋਏ ਆ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਲੜਾਈ ਫਤਿਹ ਕਰਾਉਣਗੇ ਹਾਂਜੀ ਤਾਂ ਪ੍ਰਵਾਰਕ ਪਿਛੋਕੜ ਦੀ ਜਿਵੇਂ ਗੱਲ ਕਰ ਲਵਾਂ ਪਹਿਲਾਂ ਤੂੰ ਜਿਵੇਂ ਮੰਨ ਲਓ ਤੁਹਾਡਾ ਪ੍ਰਚਾਰ ਬਹੁਤ ਘੱਟ ਹੋਇਆ ਇਸ ਵਾਰ ਪਿਛਲੀ ਵਾਰ ਵੀ ਵਿਧਾਨ ਸਭਾ ਚ ਖੜੇ ਸੀ ਪ੍ਰਚਾਰ ਘੱਟ ਹੋਣ ਦਾ ਕਾਰਨ ਕੀ ਹੋਇਆ ਪ੍ਰਚਾਰ ਗੱਲ ਇਹ ਹੈ ਜੀ ਵੀ ਸਰਮਾਇਆ ਜਿਹੜਾ ਵਾ ਉਹ ਬਹੁਤ ਵੱਡੀ ਚੀਜ਼ ਆ ਵੀ ਜਿਹੜੇ ਕਰਕੇ ਤੁਸੀਂ ਵੱਡੀਆਂ ਵੱਡੀਆਂ ਪਾਰਟੀਆਂ ਦੇ ਵਿੱਚ ਬਰਾਬਰ ਲੜਨਾ ਵਾ ਕੋਈ ਸਰਮਾਇਆ ਹੋਣਾ ਚਾਹੀਦਾ ਤੇ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਜਿੰਨਾ ਚਾਹੀਦਾ ਉਸ ਹਿਸਾਬ ਨਾਲ ਅਸੀਂ ਆਪਣਾ ਜਿਹੜੀ ਲੜਾਈ ਲੜ ਰਹੇ ਹਾਂ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਵੱਡੀ ਕਰਾਂਗੇ ਤੇ ਬਾਕੀ ਇਹੀ ਹੈ ਜੀ ਇਹਦੇ ਕਰਕੇ ਹੁੰਦਾ ਜਦੋਂ ਤੁਸੀਂ ਪ੍ਰਚਾਰ ਜਿਹੜਾ ਕਰਨਾ ਵਾ ਪਹਿਲਾਂ ਤੁਹਾਡੇ ਕੋਲ ਹਰ ਇੱਕ ਚੀਜ਼ ਹੋਣੀ ਚਾਹੀਦੀ ਹੈ ਜਾਂ ਤੁਸੀਂ ਕੁਝ ਕਰਨ ਤੋਂ ਪਹਿਲਾਂ ਸੋਚਣਾ ਪਵੇ ਤੇ ਉਹ ਤੁਹਾਨੂੰ ਕਿਤੇ ਨਾ ਕਿਤੇ ਜਿਹੜਾ ਬਾਕੀਆਂ ਨਾਲੋਂ ਪਿੱਛੇ ਰੱਖਦੀ ਹੈ ਉਹ ਚੀਜ਼ ਹੋ ਰਹੀ ਹੈ ਜੀ ਮਨੀ ਐਂਡ ਮਸਲ ਪਾਵਰ ਲਾ ਲਈਏ ਆਪਣਾ ਤੁਹਾਡਾ ਪ੍ਰਚਾਰ ਘਟ ਹੋਣ ਦਾ ਕਾਰਨ ਹਾਂਜੀ ਉਹੀ ਮਨੀ ਕਰਕੇ ਵੀ ਹੈ ਜੀ ਕੁਝ ਐਂ ਐਂ ਵੀ ਗਰਾਊਂਡ ਦੇ ਵਿੱਚ ਜਿਹੜਾ ਪਹਿਲਾਂ ਆਪਣੇ ਕੋਲ ਖਾਈਡਰ ਜਿਹਾ ਉਸ ਲੈਵਲ ਤੇ ਨਹੀਂ ਹੈਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਇੱਥੇ ਗਰਾਊਂਡ ਤੇ ਜਿਹੜਾ ਵੀ ਆਪਾਂ ਪੂਰਾ ਪ੍ਰੋਪਰ ਆਪਣਾ ਕੈਰੈਕਟਰ ਖੜਾ ਕਰ ਸਕੀਏ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜਾ ਵਾ ਵੀ 27 ਦਾ ਜਿਹੜਾ ਹੈਗਾ ਵੀ ਉਹ ਵੀ ਵੱਡੇ ਪੱਧਰ ਤੇ ਤਿਆਰੀ ਹੋ ਸਕੇ ਇੱਥੇ ਜਿਹੜੀ ਲੜਾਈ ਆ ਅੱਜ ਵੀ ਅਸੀਂ ਜਿਹੜੀ ਆ ਆਪਣੇ ਵੱਲੋਂ ਪੂਰਾ ਜੋਰ ਲਾ ਕੇ ਲੜ ਰਹੇ ਹਾਂ ਅੱਗੇ ਗੁਰੂ ਸਾਹਿਬ ਦੇ ਹੱਥ ਆ ਵੀ ਉਹਨਾਂ ਨੇ ਕੀ ਫਤਿਹ ਪਾਉਣੀ ਆ ਹਾਂਜੀ ਨਾ ਤੁਹਾਡਾ ਇੱਕ ਦਰਦ ਵੀ ਚਲਕਿਆ ਸੀਗਾ ਵੀ ਬਾਕੀ ਸਾਰੀਆਂ ਸੀਟਾਂ ਤੇ ਭਾਈ ਅਮਰਤਪਾਲ ਸਿੰਘ ਦੀ ਹੋਗੀ ਭਾਵੇਂ ਭਾਈ ਸਰਵਜੀਤ ਸਿੰਘ ਦੀ ਹੋਗੀ ਵੀ ਉੱਥੇ ਪੰਥਕ ਸੀਟ ਕਹੀ ਜਾਂਦੇ ਮੈਂ ਵੀ ਪੰਥਕ ਪਰਿਵਾਰ ਦੇ ਵਿੱਚੋਂ ਆ ਭਾਈ ਰਸਪਾਲ ਸਿੰਘ ਸ਼ੰਤੜਾ ਦੇ ਪੁੱਤਰੋਂ ਤੁਸੀਂ ਤੁਹਾਡੇ ਵੱਲ ਇੰਨਾ ਉਤਸ਼ਾਹਿਤ ਕਿਉਂ ਨਹੀਂ ਹੋ ਰਹੇ ਲੋਕ ਜਾਂ ਤੁਹਾਡਾ ਇੰਨਾ ਸੋਸ਼ਲ ਮੀਡੀਆ ਤੇ ਵੀ ਲਾ ਲਈਏ ਜਾਂ ਪ੍ਰਚਾਰ ਕਿਉਂ ਨਹੀਂ ਹੋਇਆ ਦੇਖੋ ਮੇਰੇ ਕੁਸ਼ਕ ਆਪ ਦੇ ਚੈਨਲ ਜਿਹੜੇ ਸੀਗੇ ਉਹ ਬੰਦ ਕਰਤੇ ਸੀਗੇ ਜਾਂ ਸਾਨੂੰ ਉਹ ਚੀਜ਼ ਨਹੀਂ ਜਿਹੜੀ ਲੜਾਈ ਆ ਅਸੀਂ ਸ਼ੀਰ ਸਿੰਘਾਂ ਮੰਗੂ ਜਿਹੜੇ ਸਾਡੇ ਪਿਤਾ ਜੀ ਜਿਹੜੇ ਸਾਡੇ ਖੂਨ ਆ ਉਹਨਾਂ ਮੰਗੂ ਅਸੀਂ ਲੜਾਈ ਆਪਣੀ ਲੜ ਰਹੇ ਹਾਂ ਜੋਰ ਲਾ ਕੇ ਜਿੰਨਾ ਕਰ ਸਕਦੇ ਹਾਂ ਕਿਉਂਕਿ ਉਹਨਾਂ ਦਾ ਖੂਨ ਸਾਡੇ ਵਿੱਚ ਹੈ ਹਾਂ ਕਿਤੇ ਨਾ ਕਿਤੇ ਇਹ ਹੈ ਵੀ ਜਿਹੜਾ ਬਾਕੀ ਥਾਵਾਂ ਤੇ ਆਪਾਂ ਕਹਿੰਦੇ ਆ ਪੰਥਕ ਆਉਣ ਜਾਂ ਨਾ ਆਉਣ ਉਹ ਉਹਨਾਂ ਦੀ ਆਪ ਦਾ ਚਲੋ ਰਾਈਟ ਆ ਵੀ ਉਹ ਕੀ ਕਰਨਾ ਚਾਹੁੰਦੇ ਆ ਇਹ ਹੈ ਵੀ ਅਸੀਂ ਜਿਹੜੀ ਲੜਾਈ ਲੜਨੀ ਆ ਵੀ ਉਹ ਆਪਣੇ ਸਿਧਾਂਤਾਂ ਦੇ ਲੜਨੀ ਆ ਉਹ ਅਸੀਂ ਆਪਣੇ ਸਿਧਾਂਤਾਂ ਤੋਂ ਨਾ ਕਦੇ ਰਾਈਟ ਹੋ ਜਾਣਾ ਲੈਫਟ ਹੋ ਜਾਣਾ ਉਹ ਅਸੀਂ ਆਪਣੇ ਜਿਹੜਾ ਛਿੱਦਾਂ ਦੇ ਸਿਧਾਂਤ ਨੇ ਉਹਨਾਂ ਤੇ ਚੱਲਦੇ ਜਾ ਰਹੇ ਹਾਂ ਤੇ ਅੱਗੇ ਉਹ ਲੋਕਾਂ ਦੇ ਜਾਂ ਸਾਡੇ ਜਿੰਨੇ ਪ੍ਰਚਾਰਕ ਨੇ ਉਹ ਉਹਨਾਂ ਦੇ ਹੱਥ ਸਾ ਵੀ ਸਾਥ ਦੇਣਾ ਜਾਂ ਨਾ ਦੇਣਾ ਅਸੀਂ ਤਾਂ ਆਪਣੀ ਜਿਹੜੀ ਲੜਾਈ ਹੈ ਜਿਹੜੀ ਸਾਡੇ ਫਾਦਰ ਸਾਹਿਬ ਨੇ ਕਿੱਥੇ ਛੱਡ ਕੇ ਗਏ ਆ ਉਹ ਲੜਾਈ ਨੂੰ ਅੱਗੇ ਲੈ ਕੇ ਜਾਣਾ ਉਹ ਲੈ ਕੇ ਜਾ ਰਹੇ ਹਾਂ ਹਾਂ ਜੀ ਤਾਂ ਤੁਹਾਡੇ ਫਾਦਰ ਸਾਹਿਬ ਜਿਹੜਾ ਸੰਘਰਸ਼ ਛੱਡ ਕੇ ਸੀ ਤੁਸੀਂ ਕਿ ਅੱਗੇ ਲੈ ਕੇ ਜਾ ਰਹੇ ਹੋ ਤਾਂ ਸ਼ਹਾਦਤ ਹੁੰਦੀ ਹੈ ਤੁਹਾਡੇ ਘਰ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਦੀ ਉਸ ਤੋਂ ਪਹਿਲਾਂ ਦਾਦਾ ਜੀ ਦੀ ਵੀ ਸ਼ਹਾਦਤ ਹੁੰਦੀ ਹੈ ਹਾਂਜੀ ਜਦੋਂ ਮੈਂ 13 ਦਿਨ ਦਾ ਸੀਗਾ ਮੇਰੇ ਦਾਦਾ ਜੀ ਸ਼ਹੀਦ ਹੋ ਗਏ ਸੀ ਕਿਉਂਕਿ ਫਾਦਰ ਸਾਹਿਬ ਤੇ ਦਾਦਾ ਜੀ ਇਕੱਠੇ ਮਿਲੇ ਕਿਤੇ ਜਦੋਂ ਫੋਨ ਨਹੀਂ ਹੁੰਦੇ ਸੀ ਤੇ ਫਾਦਰ ਸਾਹਿਬ ਕਹਿੰਨੇ ਵੀ ਆਜ ਤੁਹਾਨੂੰ ਤੁਹਾਡਾ ਪੁੱਤ ਦਿਖਾ ਕੇ ਲੈ ਕੇ ਆਈਏ ਪਰ ਚਲੋ ਉਹਨਾਂ ਦੇ ਨਸੀਬ 'ਚ ਨਹੀਂ ਸੀ ਵੀ ਦੇਖਣਾ ਹਨਾ ਤੇ ਰਾਸਤੇ 'ਚ ਨਾਕਾ ਲੱਗਿਆ ਸੀ ਉੱਥੇ ਫੜੇ ਗਏ ਤੇ ਫਾਦਰ ਸਾਹਿਬ ਉੱਥੋਂ ਥਾਣੇ ਦੇ ਉੱਪਰੋਂ ਇਨਸ਼ਾਲ ਮਾਰ ਕੇ ਭੱਜ ਗਏ ਤੇ ਜਦੋਂ ਕੋਈ ਅਫਸਰ ਕੋਈ ਆਇਆ ਵੀ ਉਹ ਕੌਣ ਸੀ ਜਿਹੜਾ ਤੁਹਾਡੇ ਨਾਲ ਤੇ ਉੱਥੇ ਫਾਦਰ ਸਾਹਿਬ ਨੇ ਕਿਹਾ ਵੀ ਉਹ ਤੁਹਾਡਾ ਪਿਓ ਰਿਸ਼ਪਾਲ ਸੀ ਮੈਂ ਉਹਦਾ ਪਿਓ ਆ ਤੇ ਹੁਣ ਤੁਸੀਂ ਕਰ ਲੋ ਕੀ ਕਰਨਾ ਤੇ ਉਹਨਾਂ ਨੇ ਇਹ ਚੜ ਦੇ ਵਿੱਚ ਵੀ ਰਿਸ਼ਪਾਲ ਸਿੰਘ ਜਨਾਣਾ ਸਾਡੇ ਹੱਥਾਂ ਕੀ ਜਿਹੜਾ ਭੱਜ ਗਿਆ ਇਸ ਕਰਕੇ ਉਹਨਾਂ ਨੇ ਉਹ ਉਹਨਾਂ ਨੂੰ ਇਨਟੈਰੋਗੇਟ ਕਰਕੇ ਜਿਹੜਾ ਤਸੀਹੇ ਦੇ ਕੇ ਸ਼ਹੀਦ ਕੀਤਾ ਕਿਉਂਕਿ ਉਹਨਾਂ ਦੇ ਵੀ ਗੋਲੀ ਮਰੀ ਗਈ ਤੇ ਬਾਅਦ ਵਿੱਚ ਉਹਨਾਂ ਪਛਾਤੀ ਲਾਸ਼ ਕਹਿ ਕੇ ਸਾਡੇ ਪਿੰਡ ਦੇ ਉੱਥੇ ਨਾਲ ਪਾ ਕੇ ਸੀਗੇ ਤੁਹਾਡੇ ਦਾਦਾ ਜੀ ਨੂੰ ਹਾਂਜੀ ਦਾਦਾ ਜੀ ਨੂੰ ਤੇ ਉਹਨਾਂ ਤੋਂ ਬਾਅਦ 9 ਮਹੀਨੇ ਦਸਕੇ ਜਦੋਂ ਫਾਦਰ ਸਾਹਿਬ ਟ੍ਰੇਸ ਹੋ ਗਏ ਸੀਗੇ ਤੇ ਉਹਨਾਂ ਨੂੰ ਗਿੱਲ ਚੌਂਕ ਜਦੋਂ ਜਾ ਰਹੇ ਸੀਗੇ ਤੇ ਉਹਨਾਂ ਦੇ ਵਿੱਚ ਸਾਈਕਲ ਮਰਿਆ ਗਿਆ ਤੇ ਐ ਸੇ ਸਾਈਕਲ ਤੇ ਜਾ ਰਹੀ ਸੀ ਜੀਪ ਮਾਰੀ ਗਈ ਤੇ ਜੀਪ ਨਾਲ ਵੱਜਣ ਨਾਲ ਫਾਦਰ ਸਾਹਿਬ ਦੀ ਲੱਤ ਟੁੱਟ ਗਈ ਤੇ ਜਗਦੀਪ ਸਿੰਘ ਦੀਸ਼ਾ ਜਿਹੜੇ ਚਾਚਾ ਜੀ ਸੀਗੇ ਉਹ ਪਹਿਲਾਂ ਭੱਜੇ ਵੀ ਮੇਰੇ ਪਿੱਛੇ ਭੱਜਣਗੇ ਪਰ ਉਹਨਾਂ ਨੂੰ ਪਤਾ ਸੀਗਾ ਵੀ ਰਿਸ਼ਪਾਲ ਸਿੰਘ ਛੰਡਾ ਕੌਣ ਆ ਤੇ ਜਗਦੀਪ ਸਿੰਘ ਦੀਸ਼ਾ ਕੌਣ ਆ ਉਹਨਾਂ ਨੇ ਪਹਿਲਾਂ ਫਾਦਰ ਸਾਹਿਬ ਨੂੰ ਫੜਿਆ ਤੇ ਉਸ ਤੋਂ ਬਾਅਦ ਜਦ ਚਾਚਾ ਜੀ ਨੂੰ ਫੜਨਾ ਚਾਹਿਆ ਤੇ ਉਹਨਾਂ ਨੇ ਮੌਕੇ ਤੇ ਸੱਗਨੜ ਖਾ ਲਿਆ ਤੇ ਉੱਥੇ ਹੀ ਸ਼ਹਾਦਤ ਪਾ ਕੇ ਤੇ ਫਾਦਰ ਸਾਹਿਬ ਨੂੰ ਮੁੜ ਕੇ ਬੁੱਚੜਖਾਨੇ ਜਿਹੜਾ ਉਸ ਵੇਲੇ ਇਹਨਾਂ ਦਾ ਸੀਗਾ ਲੁਧਿਆਣੇ ਉੱਥੇ ਲੈ ਕੇ ਆਏ ਤੇ ਉੱਥੇ ਜਾ ਕੇ ਉਹਨਾਂ ਨੂੰ ਜਦ ਇੰਟਰੋਗੇਟ ਕਰਨਾ ਸ਼ੁਰੂ ਕਰਿਆ ਜਾਂ ਉਹਨਾਂ ਨੂੰ ਪੁੱਛ ਕੇ ਸ਼ੁਰੂ ਕੀਤੀ ਪਹਿਲਾਂ ਫਾਦਰ ਸਾਹਿਬ ਨੇ ਕਿਹਾ ਵੀ ਤੁਸੀਂ ਕੋਈ ਗਲਤ ਬੰਦਾ ਲੈ ਆਏ ਹੋ ਵੀ ਤੁਸੀਂ ਗਲਤੀ ਨਾਲ ਲੈ ਕੇ ਆ ਰਹੇ ਹੋ ਮੈਂ ਕੋਈ ਉਹ ਨਹੀਂ ਹੈਗਾ ਤੇ ਜਦੋਂ ਉਹਨਾਂ ਦੀ ਪ੍ਰੋਪਰ ਪਛਾਣ ਹੋ ਗਈ ਵੀ ਇਹੀ ਰਿਪਾਲਸਿੰਗ ਸੁਣਨ ਦੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਕੋਈ ਹੋਰ ਨਹੀਂ ਹੈ ਕਿਉਂਕਿ ਉਹਨਾਂ ਦੇ ਕਾਰਡ ਵਗੈਰਾ ਸੀ ਉਹ ਹੋਰ ਨਾਮ ਤੋਂ ਸੀਗੇ ਫਿਰ ਫਾਦਰ ਸਾਹਿਬ ਨੇ ਅੱਗੇ ਮੰਗ ਕੀਤੀ ਵੀ ਮੈਂ ਇੱਕ ਕੌਮ ਦਾ ਜਰਨਲ ਹਾਂ ਵੀ ਜੇ ਤੁਹਾਡਾ ਕੋਈ ਜਰਨਲ ਆ ਕੀ ਗੱਲ ਗੁਰੂ ਕੋ ਤਾਂ ਮੈਂ ਫੇਰ ਕਰੂੰਗਾ ਨਹੀਂ ਮੈਂ ਮੈਂ ਗੱਲ ਨਹੀਂ ਕਿਸੇ ਨਾਲ ਕਰੂੰਗਾ ਤੇ ਉਹਨਾਂ ਨੇ ਫੇਰ ਕੇ ਪੀਐਸ ਗਿਲ ਨੂੰ ਲੈ ਕੇ ਆਉਣਾ ਚਾਹਿਆ ਜਦੋਂ ਕੇ ਪੀਐਸ ਗਿਲ ਆਇਆ ਤੇ ਫਰਦ ਸਾਹਿਬ ਨੇ ਕਿਹਾ ਵੀ ਮੈਨੂੰ ਪਾਣੀ ਦਿੱਤਾ ਜਾਵੇ ਤੇ ਕੇ ਪੀਐਸ ਗਿਲ ਨੂੰ ਲੱਗਿਆ ਵੀ ਮੈਂ ਕਿਤੇ ਵੀ ਰਿਸ਼ਪਾਲ ਸਿੰਘ ਸ਼ੰਦੜਾਂ ਤੋਂ ਵੀ ਇਹਨਾਂ ਦੇ ਸਾਥੀਆਂ ਦਾ ਜਮੇ ਕਢਾ ਲੂੰਗਾ ਜਦੋਂ ਉਹਨਾਂ ਨੇ ਪਾਣੀ ਦਿੱਤਾ ਤੇ ਫਰਦ ਸਾਹਿਬ ਨੇ ਪਾਣੀ ਜਿਹੜੀ ਜਿਹੜੀ ਘੁੱਟ ਸੀਗੀ ਉਹ ਪਰ ਕੇ ਉਹਦੇ ਮੂੰਹ ਤੇ ਮਰੀ ਘੁੱਲੀ ਮਰੀ ਤੇ ਉਹ ਕਹਿੰਦੇ ਵੀ ਕੌਮ ਦੇ ਇਕਦਾਰਾ ਵੀ ਤੂੰ ਹੋਰ ਕੀ ਕਹਣਾ 75 ਸਲਟਾ ਲੁਧਿਆਣੇ ਦੇ ਵਿੱਚ ਨੇ ਉਹਨਾਂ ਦਾ ਪਤਾ ਜਾਂ ਮੇਰੇ ਸਾਥੀਆਂ ਨੂੰ ਪਤਾ ਤਾਂ ਕੀ ਕਢੋਣਾ ਤੂੰ ਇਹੀ ਕਢਾ ਦੇ ਵੀ ਮੈਂ ਤੇਰੇ ਮੂੰਹ ਤੇ ਕੁਰਲੀ ਕੀਤੀ ਆ ਵੀ ਉਹ ਵੀ ਤੇਰੇ ਵੱਡੇ ਦੇ ਲਈ ਬਹੁਤ ਵੱਡੀ ਚੀਜ਼ ਹੋਊਗੀ ਉਹ ਚੀਜ਼ ਤੋਂ ਇਹਨਾਂ ਨੇ ਜਿਹੜਾ ਚਿਹਰੇ ਦੇ ਵਿੱਚ ਆ ਕੇ ਫਾਦਲ ਸਾਹਿਬ ਨੂੰ ਜਿਹੜਾ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਉਹਨਾਂ ਦੀ ਲੱਤ ਜਿਹੜੀ ਸੀ ਆਹ ਲੱਗ ਕਰਤੀ ਸੀ ਜਿਹੜੀ ਟੁੱਟੀ ਹੋਈ ਸੀ ਉਹ ਕਮਾ ਕਮਾ ਕੇ ਅਲੱਗ ਕਰਤੀ ਆਹ ਸਾਰੇ ਜਿਹੜੇ ਜਿੰਨੇ ਸੀਗੇ ਤੇ ਸਰੀਰ ਇਦਾਂ ਤੈਕਰ ਕਰਕੇ ਲਾਈ ਹੋ ਜਗੇ ਤੇ ਵੜਾ ਟੁੱਟਿਆ ਹੋਇਆ ਸੀਗਾ ਜੀ ਅੱਖਾਂ ਕੱਢਤੀਆਂ ਸੀ ਜੀਬ ਵੱਢਤੀ ਸੀ ਐਂਡ ਤੇ ਉਹਨਾਂ ਦੇ ਗੋਲੀ ਮਾਰ ਕੇ ਉਹਨਾਂ ਨੂੰ ਸ਼ਿਰਕ ਦਿੱਤਾ ਗਿਆ ਜੀ ਤਾਂ ਤੁਹਾਡੇ ਉਹਨਾਂ ਦੇ ਸਰੀਰ ਲੈਣ ਵਾਸਤੇ ਵੀ ਤੁਹਾਨੂੰ ਸੰਘਰਸ਼ ਕਰਨਾ ਪਿਆ ਸੀਗਾ ਪਿੰਟ ਨੂੰ ਲਿਆਉਣਾ ਪਿਆ ਸੀ ਹਾਂਜੀ ਉਦੋਂ ਜਿਹੜਾ ਡੈੱਡ ਬੋਡੀ ਸੀਗੀ ਉਹ ਐਵੇਂ ਨਹੀਂ ਦਿੰਦੇ ਸੀਗੇ ਬਲੱਡ ਰਿਲੇਸ਼ਨ ਹੁੰਦਾ ਤੇ ਫਿਰ ਦਿੰਦੇ ਹੁੰਦੇ ਸੀ ਤੇ ਪਰਿਵਾਰਾਂ ਨੂੰ ਪਹਿਲਾਂ ਹੀ ਭਾਜੜ ਪਈ ਹੁੰਦੀ ਸੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਸੀ ਹਨਾ ਸੋ ਪਰਿਵਾਰ ਪਹਿਲਾਂ ਹੀ ਇਧਰ ਉਧਰ ਹੁੰਦੇ ਸੀਗੇ ਫੋਨ ਨਹੀਂ ਹੁੰਦਾ ਸੀ ਉਦੋਂ ਤੇ ਦਾਦੀ ਜੀ ਉਹਨਾਂ ਨੇ ਅਖਬਾਰ ਚ ਪੜਿਆ ਤੇ ਜਦੋਂ ਹੀ ਲੋਕਾਂ ਨੂੰ ਪਤਾ ਲੱਗਿਆ ਵੀ ਐਂ ਕਰਕੇ ਰਿਸ਼ਪਾਲ ਸਿੰਘ ਸ਼ਨੜਾਸ਼ੀਦ ਹੋ ਗਿਆ ਤੇ ਪੂਰਾ ਲੁਧਿਆਣਾ ਜਿਹੜਾ ਸੀ ਉਹ ਜਮ ਕਰ ਦਿੱਤਾ ਗਿਆ ਸੀ ਜਦ ਲੁਧਿਆਣਾ ਜਮ ਕਰਤਾ ਤੇ ਸਰਕਾਰ ਨੂੰ ਡੈਡ ਬੋਡੀ ਦੇਣੀ ਪਈ ਕਿਉਂਕਿ ਫਾਜ਼ਲ ਸਾਹਿਬ ਦਾ ਸਤਕਾਰ ਬਹੁਤ ਸੀ ਗਾ ਲੁਧਿਆਣੇ ਦੇ ਵਿੱਚ ਤੇ ਉਹਨਾਂ ਨੂੰ ਡੈਡ ਬੋਡੀ ਦੇਣੀ ਪਈ ਤੇ ਫਿਰ ਪਿੰਡ ਦੇ ਜਿਹੜਾ ਆਪਣੇ ਸ਼ਨੜਾਾਂ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਉੱਥੇ ਹੀ ਉਹਨਾਂ ਦਾ ਪਾਠ ਕਰਾਇਆ ਗਿਆ ਜੀ ਤਾਂ ਉਸ ਤੋਂ ਬਾਅਦ ਤੁਹਾਡੇ ਮਾਤਾ ਜੀ ਦਾ ਵੀ ਸ਼ਹੀਦ ਹੁੰਦੇ ਨੇ ਤੁਹਾਡੇ ਨਾਨੀ ਜੀ ਵੀ ਉਹ ਕੀ ਘਟਨਾ ਸੀ ਉਹ ਫਾਦਰ ਸਾਹਿਬ ਤੋਂ ਬਾਅਦ 3 ਦਿਨ ਬਾਅਦ ਮਾਤਾ ਜੀ ਹੁਣੀ ਇੱਥੋਂ ਜਿਹੜਾ ਘਰ ਸੀਗੇ ਉੱਥੋਂ ਸਮਾਨ ਚੱਕਣ ਆਏ ਸੀਗੇ ਪਰ ਉਹਨਾਂ ਦਾ ਘਰ ਟਰੇਸ ਹੋ ਗਿਆ ਸੀ ਕਿ ਕਿੱਥੇ ਰਹਿੰਦੇ ਸੀਗੇ ਤੇ ਉਦੋਂ ਜਾਂ ਫਾਦਰ ਸਾਹਿਬ ਮਾਤਾ ਜੀ ਤੇ ਨਾਨੀ ਜੀ ਨੂੰ ਲੈਣ ਪੁਲਿਸ ਲੈ ਕੇ ਗਈ ਤੇ ਕੁਦਰਤੀ ਮਾਤਾ ਜੀ ਮੈਨੂੰ ਗਵਾਂਡੀਆਂ ਦੇ ਫੜਾ ਕੇ ਵੀ ਮੈਂ ਥੋੜੀ ਦੇਰ ਤੱਕ ਹੁਣੀ ਆ ਵੀ ਬੱਚੇ ਦਾ ਧਿਆਨ ਰੱਖਿਓ ਦੇ ਨੀ ਸੀ ਤੁਹਾਡੀ ਉਸ ਵੇਲੇ ਉਹ 9 ਮਹੀਨੇ ਦਸ ਗਿਆ ਜੀ ਜਦ ਫਾਦਰ ਸਾਹਿਬ ਸ਼ਹੀਦ ਹੋਇਆ ਤੇ 3 ਦਿਨ ਬਾਅਦ ਹੀ ਮਾਤਾ ਦੇ ਇੰਦਾਨੀ ਮੈਂ 9 ਮਹੀਨੇ ਦਸ ਗਿਆ ਤੇ ਉਹਨਾਂ ਨੇ ਫਿਰ ਗਵਾਂਡੇ ਨੂੰ ਭੜਾਇਆ ਉੱਥੋਂ ਕੋਈ ਸਿੰਘ ਲੈ ਕੇ ਮੈਨੂੰ ਮੇਰੇ ਡੈਡੀ ਦੇ ਜਿਹੜੇ ਮਾਮਾ ਜੀ ਸੀਗੇ ਉਹਨਾਂ ਦੇ ਵਾਈਫ ਦਗਾਲ ਤੋਂ ਸੀਗੇ ਤੇ ਉੱਥੇ ਛੱਡਿਆ ਸੀਗੇ ਤੇ ਉੱਥੋਂ 2 ਮਹੀਨੇ ਬਾਅਦ ਮੈਂ ਆਪਣੇ ਨਾਨਦੀ ਜੀ ਨੂੰ ਮਿਲਿਆ ਤੇ ਦਾਦੀ ਜੀ ਨੇ ਫਿਰ 9 ਮਹੀਨੇ ਤੋਂ ਪਾਲਿਆ ਜਿਹਦਾ ਸਪਲਨ ਪਰਸ਼ਨ ਕੀਤਾ ਸਾਰਾ ਹਾਂਜੀ ਦਾਦੀ ਜੀ ਨੇ ਪਾਲਿਆ ਤੁਹਾਨੂੰ ਦਾਦੇ ਜੀ ਉਮਰ ਵੀ ਕਾਫੀ ਹੋਣੀ ਉਸ ਵੇਲੇ ਨਾ ਹਾਂਜੀ ਉਹਨਾਂ ਦੀ ਉਦੋਂ ਉਮਰ ਮੇਰੇ ਖਿਆਲ 50 60 ਸਾਲ ਸੀਗੀ ਜੀ ਤੇ 2014 ਚੋ ਚੜ੍ਹਾਈ ਕਰੇ ਆ ਤੇ ਉਦੋਂ 78 75 ਸਾਲ ਦੇ ਸੀਗੇ ਜਦੋਂ ਚੜ੍ਹਾਈ ਕਰੇ ਪਰਵਰਿਸ਼ ਕਿਵੇਂ ਹੋਈ ਜਿਵੇਂ ਮੰਨ ਲਓ ਫਾਦਰ ਸਾਹਿਬ ਨਹੀਂ ਸੀ ਮਾਤਾ ਨਹੀਂ ਸੀ ਨਾਨੀ ਜੀ ਨਹੀਂ ਸੀ ਦਾਦਾ ਜੀ ਵੀ ਉਸ ਉਹਨਾਂ ਹੀ ਰਹਾ ਮੰਤੇ ਮੰਨ ਲਓ ਉੱਥੇ ਚਲੇ ਗਏ ਤਾਂ ਇੱਕ ਬੱਚਾ ਹੁੰਦਾ ਜਿਵੇਂ ਮੰਨ ਲਓ 9 ਮਹੀਨੇ ਦੀ ਉਮਰ ਸੀ ਤੁਹਾਡੀ ਪਰਵਰਿਸ਼ ਕਿਵੇਂ ਹੋਈ ਬੁੱਢੀ ਦਾਦੀ ਸੀ ਕਾਫੀ ਟਫ ਟਫ ਟਾਈਮ ਸੀਗਾ ਜੀ ਬਹੁਤ ਧੋਕਰਾਂ ਖਾ ਕੇ ਜਿਵੇਂ ਵੱਡੇ ਹੋਣ ਵਾਲਾ ਜਿਹੜਾ ਕੰਮ ਆ ਵੀ ਜਦ ਮਾਂ ਬਾਪ ਤੁਸੀ ਕੋਈ ਕੋਈ ਚੀਜ਼ ਚਾਹੀਦੀ ਆ ਤੁਸੀ ਆਪਣੇ ਮਾਂ ਬਾਪ ਤੋਂ ਹਨਾ ਮੰਗਦੇ ਹੋ ਜਾਂ ਤੁਸੀ ਉਹਨਾਂ ਤੋਂ ਕਰਦੇ ਹੋ ਜੇ ਤੁਹਾਡੇ ਮਾਂ ਬਾਪ ਤੁਹਾਡੇ ਨਾਲ ਨਹੀਂ ਹੁੰਦੇ ਤੇ ਤੁਹਾਨੂੰ ਬਹੁਤ ਛੋਟੀ ਛੋਟੀ ਚੀਜ਼ ਤੋਂ ਵੀ ਜਿਹੜੇ ਖੁਸ਼ੀਆਂ ਤੋਂ ਮਾਣੇ ਰਹਿਣਾ ਪੈਂਦਾ ਤੇ ਸਾਡੇ ਜਿਹੜਾ ਹੋਸਟਲ ਦਾ ਲਾਈਫ ਸੀਗੀ ਜਿੱਥੇ ਸ਼ਹੀਦ ਪਰਿਵਾਰਾਂ ਦੇ ਜਿਹੜੇ ਬੱਚੇ ਰਹਿੰਦੇ ਸੀਗੇ ਟਰਸਟ ਜਿਗੇ ਬਣੇ ਹੋਏ ਗੁਰਵਾਸਰਾ ਟਰਸਟ ਜਿੱਥੇ ਮੈਂ ਪਹਿਲਾਂ ਸਰੰਦ ਪਹਿਲਾਂ ਜਾ ਕੇ ਰਹਿਣਾ ਸ਼ੁਰੂ ਕਰਿਆ ਚੰਡੀਗੜ੍ਹ ਸਾਤ ਪੇਚੇ ਸੀਗਾ ਤੇ ਉਦੋਂ ਬਾਅਦ ਹਰਮੰਦਰ ਸਾਹਿਬ ਵੀ ਰਹੇ ਆ ਬਾਬਾ ਢਾਲ ਜੀ ਦੇ ਐਨ ਲੈਫਟ ਸਾਈਡ ਤੇ ਸੀਗੀ ਉੱਥੇ ਬਿਲਡਿੰਗ ਸੀ ਉੱਥੇ ਰਹੇ ਆ ਤੇ ਫਿਰ ਡੱਡੂ ਮਾਜਰੇ ਰਹੇ ਆ ਉਦੋਂ ਬਾਅਦ ਫਿਰ ਖੰਨੇ ਕੁਸ਼ਕ ਦੇ ਰਹੇ ਫਿਰ ਉਦੋਂ ਲਾਸਟ ਜਿਹੜਾ ਹੈਗਾ ਵੀ ਮਾਤਾ ਗੁਰੀ ਸ਼ਾਰਾ ٹرسٹ ਜਿਹੜਾ ਸੀਗਾ ਕਲਰ ਪਣੀ ਉੱਥੇ ਮੈਂ ਪੰਜ ਤੋਂ 7 ਸਾਲ ਰਹਿਆ ਜੀ ਫਿਰ ਪਟਿਆਲੇ ਵੀ ਰਹਿਣਾ ਸ਼ੁਰੂ ਕਰੇ ਰਹਿਣਾ ਜਿਵੇਂ ਮਨ ਲਓ ਤੁਹਾਡੇ ਇੰਟਰਵਿਊਜ਼ ਵੀ ਸੁਣਦੇ ਆ ਜਿਵੇਂ ਮਨ ਲਓ ਟਫ ਬੋਸ ਸੀ ਏਜੰਸੀਆਂ ਤੁਸੀਂ ਕਹਿੰਦੇ ਸੀ ਪਿੱਛੇ ਸੀ ਜਾਂ ਬਹੁਤ ਗੱਲਾਂ ਹੋਈਆਂ ਪਰਿਵਾਰਾਂ ਦੇ ਵਿੱਚ ਰਿਸ਼ਤੇਦਾਰ ਵੀ ਨਹੀਂ ਸੀ ਰੱਖਦੇ ਕਈ ਵਾਰ ਤਾਂ ਰਿਸ਼ਤੇਦਾਰ ਵੀ ਕਹਿ ਦਿੰਦੇ ਹੁੰਦੇ ਸੀ ਤਾਂ ਉਹ ਵਾਕਿਆਤ ਕਿਹੋ ਜਿਹੀ ਸੀ ਉਹ ਦਿਨ ਕਿਹੋ ਜਿਹੇ ਸੀਗੇ ਦਿਨ ਉਹ ਬਹੁਤ ਟਫ ਸੀਗੇ ਜੀ ਜਦੋਂ ਮੈਂ ਸੁਰਤ ਸੰਭਾਲੀ ਆ ਮੈਨੂੰ ਪਤਾ ਮੈਂ ਇੱਕ ਕਮਰੇ ਦੇ ਵਿੱਚ ਸੀਗਾ ਤੇ ਉਹ ਕਮਰੇ ਦੇ ਵਿੱਚ ਇੱਕ ਦੀਵਾਨ ਸੀਗਾ ਦੀਵਾਨ ਦੇ ਸਾਹਮਣੇ ਇੱਕ ਪੇਟੀ ਸੀ ਬੇਟੀ ਦੇ ਉੱਤੇ ਤੇ ਉਹਨਾਂ ਟਰੰਕ ਹੁੰਦੇ ਸੀ ਤੇ ਇੱਕ ਟੀਵੀ ਸੀਗਾ ਸਾਡੇ ਕੋਲ ਸ਼ਟਰ ਵਾਲਾ ਉਹ ਕਿਰਾਏ ਉਦੋਂ ਅਸੀਂ ਕਿਰਾਏ ਤੇ ਸੀਗੇ ਤੇ ਉਹ ਤੋਂ ਬਾਅਦ ਹੌਸਲ ਲਾਈਫ ਜਿਹੜਾ ਸਾਰਾ ਵੀ ਜਿੰਨਾਂ ਦੇਖਿਆ ਪਰਿਵਾਰਾਂ ਕੋਲ ਜਾਣਾ ਤੇ ਪਰਿਵਾਰਾਂ ਨੇ ਵੀ ਕਿਤੇ ਨਾ ਕਿਤੇ ਡਰ ਹੁੰਦਾ ਸੀ ਵੀ ਸਾਡੇ ਕੋਲ ਪੁੱਛਣਾ ਜੀ ਤੇ ਉਹਨਾਂ ਨੇ ਵੀ ਇੱਕ ਅੱਧਾ ਦਿਨ ਰੱਖਨਾਂ ਦੇ ਉਦੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਹੋਰ ਦੇਖ ਲਓ ਹਨ ਸੋ ਬੜੇ ਅਜੇ ਟਾਈਮ ਦੇਖਿਆ ਜਦੋਂ ਹੁਣ ਦੁਬਾਰਾ ਇੱਧਰੋਂ ਤੁਰਨਾ ਸ਼ੁਰੂ ਕਰੇ ਆ ਹੁਣ ਵੀ ਪਰਿਵਾਰ ਕਿਤੇ ਨਾ ਕਿਤੇ ਇਹ ਕਹਿੰਦੇ ਸੀ ਵੀ ਆਪਣੇ ਫਾਦਰ ਸਾਹਿਬ ਦੀ ਲੈਂਡ ਤੇ ਚੱਲਣ ਲੱਗ ਗਿਆ ਵੀ ਇਹ ਸਾਨੂੰ ਦੁਬਾਰਾ ਫਿਰ ਉਹ ਟਾਈਮ ਦਿਖਾਊਗਾ ਜੇ ਕੁਸ਼ਨ ਤੇ ਅੱਜ ਸਾਰੇ ਠੀਕ ਆ ਜੀ ਮਿਲਦੇ ਆ ਸਾਰੇ ਗੱਲਬਾਤ ਕਰਦੇ ਆ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਫਾਦਰ ਸਾਹਿਬ ਦੀ ਲਾਈਨ ਤੇ ਚੱਲਣ ਲੱਗ ਗਿਆ ਤੁਸੀਂ ਹਾਲਾਂਕਿ ਉਹਨਾਂ ਨੇ ਖਾੜਕੂ ਸੰਘਰਸ਼ ਕੀਤਾ ਤੇ ਤੁਸੀਂ ਡੈਮੋਕ੍ਰੈਟਿਕ ਸੰਘਰਸ਼ ਦੇ ਵਿੱਚੋਂ ਤਾਂ ਇਹ ਗੱਲ ਕਿਉਂ ਕਹਿ ਰਹੇ ਸੀ ਉਹ ਜਿਵੇਂ ਮੰਨ ਲਓ ਵੀ ਆਪਣੇ ਫਾਦਰ ਸਾਹਿਬ ਦੇ ਰਾਹਾਂ ਤੇ ਚੱਲਣ ਲੱਗ ਗਿਆ ਸਾਨੂੰ ਪਸਾਊਗਾ ਦੇਖੋ ਜਿਹੜੀ ਸਾਡੀ ਪਾਰਟੀ ਆ ਜਿਹੜੀ ਸ਼੍ਰੋਮਿਕਲ ਰਾਮ ਸਰ ਜੀ ਜਦੋਂ ਤੁਸੀਂ ਵੱਡਾ ਹੋ ਗਏ ਕੋਈ ਗੱਲ ਵੇਖੀ ਆ ਵੀ ਬਾਕੀ ਪਾਰਟੀਆਂ ਦੇ ਵਿੱਚ ਵੀ ਦੇਖਿਆ ਮੈਨੂੰ ਇੱਕੋ ਇੱਕ ਸਮਰਜ ਸਿੰਘ ਮਾਨ ਜਿਹੜੇ ਸੀਗੇ ਉਹ ਜਿੱਥੇ ਸਾਡੇ ਫਾਜ਼ਾਬਾਣੀ ਲੜਾਈ ਛੱਡ ਕੇ ਗਏ ਸੀ ਉਹ ਜਿਹੜੀ ਸੋਚ ਦੀ ਲੜਾਈ ਸੀ ਖਾਲਿਸਤਾਨ ਦੀ ਉਹ ਜਿਹੜੀ ਲੜਾਈ ਆ ਉਹ ਸਮਰਜ ਸਿੰਘ ਮਾਨ ਜਿਹੜੀ ਆ ਉਹਨੂੰ ਅੱਗੇ ਲੈ ਕੇ ਜਾ ਰਹੇ ਆ ਸੋ ਮੈਂ ਉਸੇ ਦੇ ਕਰਕੇ ਉਹ ਪਾਰਟੀ ਨਾਲ ਜੁੜਿਆ ਸੀਗਾ ਪਹਿਲੇ ਦਿਨ ਤੋਂ ਤੇ ਕਿਤੇ ਨਾ ਕਿਤੇ ਪਰਿਵਾਰਨ ਹੋਇਆ ਸੀਗਾ ਵੀ ਇਹ ਦੁਬਾਰਾ ਵੀ ਜਿਹੜਾ ਹੈਗਾ ਵੀ ਉਹ ਲੜਾਈ ਉਸ ਮੂਵਮੈਂਟ ਦੇ ਵਿੱਚ ਹਾਂਜੀ ਮੂਵਮੈਂਟ ਦੇ ਵਿੱਚ ਜਾਣਗੇ ਜਾਵਾਂਗੇ ਸੋ ਇਸ ਕਰਕੇ ਉਹਨਾਂ ਨੇ ਕਿਹਾ ਹੋਊਗਾ ਜੀ ਉਹ ਉਹਨਾਂ ਦੀ ਅੰਡਰਸਟੈਂਡਿੰਗ ਹੁਣ ਕੀ ਕਹੇ ਸਕੇਮੇ ਨਾ ਤਾਂ ਖਾਲਿਸਤਾਨ ਦੀ ਤੁਸੀਂ ਗੱਲ ਕੀਤੀ ਹੈ ਤੁਹਾਡੇ ਵਿਰੋਧੀ ਨੇ ਜਿਹੜੇ ਜਾਂ ਮਾਨ ਸਾਹਿਬ ਦੀ ਪਾਰਟੀ ਦੇ ਵਿਰੋਧੀ ਲਾਦੇ ਤੁਹਾਡੇ ਵਿਰੋਧੀ ਲਾ ਲਈਏ ਉਹ ਕਹਿੰਦੇ ਨੇ ਸਿਮਰ ਸਿੰਘ ਮਾਨ ਦੀ ਪਾਰਟੀ ਦੇ ਜਿਹੜੇ ਬੰਦੇ ਨੇ ਜਾਂ ਸਿਮਰ ਸਿੰਘ ਮਾਨ ਨੇ ਜਦੋਂ ਉਹ ਖਾਲਿਸਤਾਨ ਦੀ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਕੁਝ ਨਹੀਂ ਹੁੰਦਾ ਮਤਲਬ ਹੋਰ ਕੋਈ ਨੌਜਵਾਨ ਹੈ ਜਿਹੜੇ ਨਵੇਂ ਮੁੰਡੇ ਨੇ ਜਾਂ ਉਹ ਕਹਿ ਦੇਵੇ ਉਹਨਾਂ ਨੂੰ ਜਦੇ ਚੱਕ ਰਿਆ ਜਾਂਦਾ ਪੁਲਿਸ ਚੱਕ ਕੇ ਲੈ ਜਾਂਦੀ ਹੈ ਵੀ ਅਲੀਗੇਸ਼ਨ ਲੱਗਦੇ ਨੇ ਤੁਹਾਡੀ ਪਾਰਟੀ ਤੇ ਵੀ ਖਾਲਿਸਤਾਨ ਦੀ ਗੱਲ ਤੁਸੀਂ ਕਰੋ ਤਾਂ ਕੁਝ ਨਹੀਂ ਹੁੰਦਾ। ਹਾਂਜੀ। ਦੇਖੋ ਇੱਕ ਇਹ ਦੇ ਵਿੱਚ ਗੱਲ ਹੈ ਵੀ ਅਸੀਂ ਇੱਕ ਡੈਮੋਕਰੈਟਿਕ ਢੰਗ ਨਾਲ ਜਿਹੜੀ ਆਪਣੀ ਲੜਾਈ ਲੜ ਰਹੇ ਹਾਂ ਜਿਹਦੇ ਵਿੱਚ ਮਾਨ ਸਾਹਿਬ ਨੇ ਇੱਕ ਕੇਸ ਵੀ ਜਿਹੜਾ ਖਾਲਿਸਤਾਨ ਦੇ ਨਾਂ ਤੇ ਵੀ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਵਾ ਉਹ ਸਾਡਾ ਸਾਡਾ ਰਾਈਟ ਆ ਉਹ ਅਸੀਂ ਕਰ ਸਕਦੇ ਹਾਂ। ਉਹ ਉਹਨਾਂ ਨੇ ਕਰਿਆ ਹੈਗਾ ਤੇ ਫਿਰ ਇੱਕ ਜਦੋਂ ਤੁਹਾਡੀ ਪਾਰਟੀ ਦਾ ਇੱਕ ਕੈਡਰ ਹੁੰਦਾ ਪ੍ਰੋਪਰ ਤੇ ਪਾਰਟੀ ਨੂੰ ਹੱਥ ਪਾਉਣ ਨੂੰ ਵੀ ਉਹ ਲੋਕ ਨਾ ਸਰਕਾਰ ਵੀ ਸੋਚਦੀ ਅਭੀ ਇਹਨੂੰ ਹੱਥ ਪਾਵਾਂਗੇ ਤੇ ਕੀ ਹੋਊਗਾ ਕਿਉਂਕਿ ਇਹਨਾਂ ਦਾ ਇੱਕ ਪੂਰਾ ਪੂਰਾ ਪਾਰਟੀ ਦਾ ਕੈਡਰ ਹੁੰਦਾ ਤੇ ਜਦੋਂ ਇੱਕ ਤੁਸੀਂ ਇੰਡੀਵਿਜੂਅਲ ਕੋਈ ਕੋਈ ਲੜਾਈ ਲੜਦੇ ਹੋ ਤੇ ਉਹਦੇ ਵਿੱਚ ਨੈਚੁਰਲੀ ਅਭੀ ਤੁਹਾਨੂੰ ਪੁਲਿਸ ਜਿਹੜੀ ਆ ਉਹ ਤੰਗ ਕਰਦੀ ਆ ਹੁਣ ਤੁਸੀਂ ਮੈਂ ਜਿਹੇ ਸ਼ਹੀਦ ਪਰਿਵਾਰ ਪਿੱਛੇ ਜੇ ਇੱਕ ਸਿੰਘ ਉਹ ਚੜ੍ਹਦੀ ਕਲਾ ਵਾਲੇ ਸਿੰਘ ਸੀਗੇ ਉਹਨਾਂ ਦੀ ਜ਼ਮਾਨਤ ਕਰਾਈ ਦੀ ਜੇ ਮੈਂ ਜਿਹੇ ਪਾਰਟੀ ਮੈਂ ਪਸੀਗਾ ਉਹਨਾਂ ਦੀ ਜ਼ਮਾਨਤ ਮੈਂ ਸੋਖੇ ਦੇ ਕਿਨਾਂ ਕਰਾ ਸਕਿਆ ਜਿਵੇਂ ਅਜੇ ਕੱਲਾ ਸ਼ਹੀਦ ਪਰਿਵਾਰ ਮੈਂ ਸੋਚਦਾ ਵੀ ਮੈਂ ਕਿਸੇ ਖੜਕੋ ਸਿੰਘ ਦੀ ਵੀ ਮੈਂ ਜਮਾਨਤ ਕਰਾਉਂਗਾ ਤੇ ਮੇਰੇ ਲਈ ਬਹੁਤ ਵੱਡੀ ਗੱਲ ਹੋਣੀ ਸੀ ਕਿਉਂਕਿ ਮੈਨੂੰ ਪੁਲਿਸ ਤੰਗ ਕਰਦੀ ਤਾਂ ਪੋਲੀਟিক্যাল ਪਾਰਟੀ ਕਰਕੇ ਤੁਹਾਡਾ ਇਹ ਸਾਰਾ ਹਾਂਜੀ ਹਾਂਜੀ ਤਾਂ ਇਸ ਦੇ ਨਾਲ ਜੇ ਮੈਂ ਗੱਲ ਕਰਾਂ ਤੁਹਾਡੇ ਮਨ ਲਓ ਇੱਕ ਬੱਚਾ ਹੁੰਦਾ ਮਨ ਲਓ ਮਨ ਲਓ ਅਸੀਂ ਤਾਂ ਹੀ ਫੀਲ ਕੀਤੀਆਂ ਚੀਜ਼ਾਂ ਜਾਂ ਹੋਰਾਂ ਨੇ ਫੀਲ ਕੀਤੀਆਂ ਜਿਵੇਂ ਮਨ ਲਓ ਬੱਚਾ ਰੋਂਦਾ ਹੈ ਮਾਂ ਚੁੱਪ ਕਰਾਉਂਦੀ ਆ ਪਿਓ ਚੁੱਪ ਕਰਾਉਂਦਾ ਸਾਰੇ ਚੁੱਪ ਕਰਾਉਂਦੇ ਨੇ ਮਤਲਬ ਉਸ ਚੀਜ਼ ਨੂੰ ਤਾਂ ਤੁਸੀਂ ਕਿਤੇ ਨਾ ਕਿਤੇ ਮਿਸ ਕੀਤਾ ਹੋਊਗਾ ਜਿਵੇਂ ਮੰਨ ਲਓ ਇੱਕ ਬੱਚੇ ਦਾ ਪਰਪਰੇਸ਼ਨ 9 ਸਾਲ ਦੀ ਉਮਰ ਸੀ ਮਾਤਾ ਛੱਡ ਕੇ ਚਲੀ ਗਈ 12 ਸਾਲ 12-13 ਦੀ ਉਮਰ ਸੀ ਪਿਤਾ ਹੀ ਚਲੇ ਗਏ ਨਹੀਂ ਗੱਲ ਇਹ ਹੈ ਜੀ ਵੀ ਹਾਂ ਰੋਣਾ ਆਉਂਦਾ ਸੀ ਕਿਸੇ ਟਾਈਮ ਰੋਂਦੇ ਵੀ ਸੀਗੇ ਪਰ ਉਹਨਾਂ ਪਲਾਨ ਨੂੰ ਚੇਤੇ ਕਰਕੇ ਹੌਲੀ-ਹੌਲੀ ਜਿਹੜੇ ਉਹ ਰੋਣੇ ਸੀਗੇ ਉਹ ਖਤਮ ਹੁੰਦੇ ਗਏ ਤੇ ਵੱਡੇ ਹੋਏ ਦੇ ਜਦੋਂ ਵੇਖਿਆ ਵੀ ਸਾਡੇ ਸੋਚਦੇ ਸੀਗੇ ਜੇ ਮਾਂ-ਬਾਪ ਹੁੰਦੇ ਤੇ ਵੀ ਆਹ ਚੀਜ਼ ਮੇਰੀ ਹੁੰਦੀ ਜਣਾ ਆਹ ਹੁੰਦਾ ਪਰ ਹੌਲੀ ਹੌਲੀ ਜਦ ਵੱਡੇ ਹੋਇਆ ਤਾਂ ਮੈਂ ਆਪਣੇ ਫਾਦਰ ਸਾਹਿਬ ਦਾ ਕਦੇ ਸੋਚਦਾ ਹੁੰਦਾ ਜਿਵੇਂ ਫਾਦਰ ਸਾਹਿਬ ਹੁੰਦੇ ਤਾਂ ਐ ਹੁੰਦਾ ਫਿਰ ਜਦੋਂ ਵੱਡੇ ਹੋ ਕੇ ਇਹ ਵੇਖਿਆ ਵੀ ਜਿਹੜਾ ਫਾਦਰ ਸਾਹਿਬ ਜਿਹੜੇ ਕੋਸ ਲਈ ਆਪਣੀ ਸ਼ਹਾਦਤਾਂ ਵਾ ਕੇ ਗਏ ਨੇ ਉਹਨਾਂ ਦੇ ਪੱਖੋਂ ਸੋਚਿਆ ਤੇ ਉੱਥੇ ਇਹ ਵੀ ਸੋਚਦੇ ਹੁੰਦੇ ਸੀ ਵੀ ਕਦੇ ਫਾਦਰ ਸਾਹਿਬ ਨੇ ਇਹ ਨਹੀਂ ਸੋਚਿਆ ਮੇਰਾ ਬੇਟਾ ਹੋ ਗਿਆ ਜੇ ਹਨਾ ਉੱਥੇ ਮੈਂ ਇੱਕੋ ਹੀ ਚੀਜ਼ ਮੈਂ ਜੋ ਦੇਖੀ ਭਈ ਮੇਰੇ ਫਾਦਰ ਸਾਹਿਬ ਲਈ ਪਰਿਵਾਰ ਤੋਂ ਵੱਡਾ ਉਹਨਾਂ ਦਾ ਜਿਹੜਾ ਕੋਸ ਸੀਗਾ ਉਹ ਲੜਾਈ ਸੀਗੀ ਪਰ ਜਿਹੜੀ ਪੰਥ ਕੌਮ ਦੀ ਲੜਾਈ ਸੀ ਉਹ ਉਹਨਾਂ ਲਈ ਵੱਡੀ ਸੀਗੀ ਤੇ ਪਰਿਵਾਰ ਉਹਨਾਂ ਲਈ ਇੱਕ ਛੋਟਾ ਜਿਹਾ ਜਿਵੇਂ ਉਹਨਾਂ ਨੇ ਜੇ ਉਹ ਸੋਚ ਲੰਦੇ ਵੀ ਹਾਂ ਇਹਨਾਂ ਦਾ ਸਾਥ ਕਰਨ ਦੋ ਜਾਂ ਉਹਨਾਂ ਦੋ ਕੁਰਬਾਨੀਆਂ ਨਹੀਂ ਹੋਣੀ ਸੀ ਜੋ ਕਰ ਚੁੱਕੇ ਆ ਹਨ ਸੋ ਅੱਜ ਵੀ ਅਸੀਂ ਵੀ ਉਹੀ ਜਜ਼ਬਾ ਲੈ ਕੇ ਜਾਂ ਉਹਨਾਂ ਦੇ ਖੂਨ ਦੇ ਤੌਰ ਤੇ ਵੀ ਇਹੀ ਸਾਡੀ ਡਿਊਟੀਆਂ ਵੀ ਬਣਦੀਆਂ ਨੇ ਵੀ ਉਹੀ ਜਜ਼ਬਾ ਲੈ ਕੇ ਅਸੀਂ ਜੇ ਪੰਥ ਕੌਮ ਦੀ ਜੇ ਸੇਵਾ ਕਰਨਾ ਚਾਹੁੰਦੇ ਉਹਵੇਂ ਹੀ ਕਰ ਹੋਊਗੀ ਜੇ ਅਸੀਂ ਸੋਚੀਏ ਵੀ ਅੱਜ ਸਾਡੇ ਪਰਿਵਾਰ ਦਾ ਜਾਂ ਕੀ ਹੋਊਗਾ ਫਿਰ ਸਾਡੇ ਤੋਂ ਉਹ ਜਿਹੜੇ ਕੰਮ ਨੇ ਉਹ ਨਹੀਂ ਹੋ ਸਕਨੇ ਜੋ ਗੁਰੂ ਸਾਹਿਬ ਸਾਡੇ ਤੋਂ ਲੈਣਾ ਚਾਹੁੰਦੇ ਤੁਸੀਂ ਕਿਹਾ ਤੁਹਾਡੇ ਫਾਦਰ ਸਾਹਿਬ ਦੀ ਸੋਚ ਨੂੰ ਸੋਚਿਆ ਤੁਸੀਂ ਨੇ ਜਿਵੇਂ ਮਤਲਬ ਉਹ ਜਿਹੜੀ ਰਾਹ ਤੇ ਚੱਲੇ ਸੀ ਉਸ ਰਾਹ ਨੂੰ ਪੂਰਾ ਕਰਨ ਦੇ ਲਈ ਮਤਲਬ ਹੋਰ ਬਹੁਤ ਪਰਿਵਾਰ ਨੇ ਜਿਹੜੇ ਗਿਲਾ ਰੱਖਦੇ ਨੇ ਕੌਮ ਦੇ ਨਾਲ ਵੀ ਉਹ ਕਹਿੰਦੇ ਪੁੱਛਿਆ ਨਹੀਂ ਕਿਸੇ ਨੇ ਭਾਈ ਸਰਵਜੀਤ ਸਿੰਘ ਦੀ ਗੱਲ ਲਾ ਲਈ ਉਹ ਕਹਿੰਦੇ ਸਿਮਰਨਜੀਤ ਸਿੰਘ ਮਾਨ ਨੇ ਮੈਨੂੰ ਤਾਂ ਵਰਤਿਆ ਹੀ ਹੈ ਕਹਿੰਦੇ ਮੈਨੂੰ ਕੁਝ ਮਿਲਿਆ ਹੈ ਨਹੀਂ ਦੇਖੋ ਭਾਈ ਸਾਹਿਬ ਫਿਰ ਉਥੇ ਗੱਲ ਹੁੰਦੀ ਹੈ ਜੋ ਮੈਂ ਗੱਲ ਕਹੀ ਆ ਜੇ ਕਦੇ ਸਾਡੇ ਫਾਦਰ ਸਾਹਿਬ ਹਣੀਏ ਸੋਚ ਲੰਦੇ ਵੀ ਸਾਡੇ ਪਰਿਵਾਰ ਨੂੰ ਮੇਰੇ ਤੋਂ ਬਾਅਦ ਕੋਈ ਸੰਭੂਗਾ ਜਾਂ ਉਹਨਾਂ ਦਾ ਕੋਈ ਖਿਆਲ ਰੱਖੂਗਾ ਤਾਂ ਉਹਨਾਂ ਤੋਂ ਕੋਈ ਕੁਰਬਾਨੀਆਂ ਨਹੀਂ ਹੋਣੀਆਂ ਸੀਗੀਆਂ ਉਹ ਉੱਥੇ ਪਰਿਵਾਰ 'ਚ ਹੀ ਫਸੇ ਰਹੇ ਨੇ ਮੇਰੇ ਤੋਂ ਬਾਅਦ ਇਹਨਾਂ ਦਾ ਕੀ ਬਣੂਗਾ ਉਹਨਾਂ ਲਈ ਉਹਨਾਂ ਦੀ ਲੜਾਈ ਵੱਡੀ ਸੀ ਉੱਥੇ ਹੀ ਅਸੀਂ ਖੜਦੇ ਆ ਜੇ ਅਸੀਂ ਇਹ ਕਹੀਏ ਵੀ ਵੀ ਸਾਡੀ ਕੁਰਬਾਨੀ ਦਾ ਮੁੱਲ ਜੇ ਕਿਸੇ ਨੇ ਪਾਇਆ ਕਿ ਨਹੀਂ ਪਾਇਆ ਜਿਹੜੀਆਂ ਉਹ ਕੁਰਬਾਨੀਆਂ ਹੋਈਆਂ ਨੇ ਉਹਨਾਂ ਦੇ ਮੁੱਲ ਨਹੀਂ ਹੁੰਦੇ ਉਸ਼ਾ ਤਾਂ ਹੁੰਦੀ ਨੇ ਗੁਰੂ ਸਾਹਿਬ ਵੱਲੋਂ ਸਾਨੂੰ ਬਖਸ਼ੀ ਗਈ ਨੇ ਉਹ ਤਾਂ ਸਾਡੇ ਵਰਾਸਤੇ ਨੇ ਅਸੀਂ ਮਾਣ ਕਰਦੇ ਕਰਨਾ ਚਾਹੀਦਾ ਵੀ ਅਸੀਂ ਉਹ ਪਰਿਵਾਰ ਚੋਂ ਆ ਜੀ ਜੋ ਗੁਰੂ ਸਾਹਿਬ ਨੇ ਸਰਦੋਸ਼ਾਹਤਾਂ ਲਈਆਂ ਨੇ ਸੋ ਜੇ ਅਸੀਂ ਕਹੀਏ ਵੀ ਸਾਨੂੰ ਉਹਨਾਂ ਨੇ ਕਿਸੇ ਨੇ ਪੁੱਛਿਆ ਨਹੀਂ ਵਰਤੇ ਨਹੀਂ ਮੈਂ ਅੱਜ ਕਹਿੰਦਾ ਮੈਂ ਸਿਮਰਤ ਸਿੰਘ ਮਾਨ ਦੀ ਪਾਰਟੀ ਦੇ ਵਿੱਚ ਮੈਂ ਅੱਜ 33 ਸਾਲ ਦਾ ਮਾਨ ਸਾਹਿਬ ਨੇ ਮੈਨੂੰ 2022 ਦੇ ਵਿੱਚ ਪਹਿਲਾ ਐਮਐਲਏ ਲੜਾਇਆ ਅੱਜ ਐਮਪੀ ਲੜਾਇਆ ਜੇ ਮੈਂ ਕੱਲ ਨੂੰ ਆਪਣੀ ਜ਼ਮੀਰ ਦਾ ਮੁੱਲ ਪਵਾ ਕੇ ਮੈਂ ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਜਾਵਾਂ ਤੇ ਕੱਲ ਨੂੰ ਮੈਂ ਕਮਾ ਵੀ ਮੈਨੂੰ ਸਿਮਰਜ ਸਿੰਘ ਮਾਨ ਨੇ ਪੁੱਛਿਆ ਨਹੀਂ ਤੇ ਉਹ ਮੇਰੀ ਆਪ ਦੀ ਇੱਕ ਵੀ ਹੋਊਗਾ ਵੀ ਹਨਾ ਵੀ ਮੈਂ ਕਿਸੇ ਨੂੰ ਵੀ ਜੇ ਭੰਡਾ ਹਨਾ ਗੱਲ ਇਹ ਆ ਵੀ ਜਦ ਅੱਜ ਮੇਰੀ ਕੋਈ ਦੇਣ ਨਹੀਂ ਸੀ ਵੀ ਮੈਂ ਕੋਈ ਅਮਰਤਪਾਲ ਐਜ਼ ਅ ਇੰਡੀਵਿਜੂਅਲ ਮੈਂ ਅਮਰਤਪਾਲ ਹੁੰਦਾ ਤੇ ਮੈਨੂੰ ਕੋਈ ਆ ਕੇ ਵੀ ਕਹੇ ਵੀ ਆ ਕੇ ਤੁਸੀਂ ਐਮਪੀ ਜਾ ਤੁਸੀਂ ਐਮਐਲਏ ਲੜੋ ਜੇ ਸਾਨੂੰ ਉਹ ਲੜਾਈ ਜਿਹੜੀ ਹੈ ਐਮਪੀ ਦੀ ਜਾਂ ਐਮਐਲਏ ਜਿਹੜੀ ਜੇ ਮਾਨ ਸਾਹਿਬ ਨੇ ਉਹ ਨਵਾਜੀ ਆ ਉਨ ਵੱਜੂ ਇਸ ਕਰਕੇ ਅਭੀ ਮਸ਼ੀਦ ਪਾਈ ਰਸ਼ਪਾਲ ਸਿੰਘ ਚਲਣਾ ਦਾ ਬੇਟਾ ਦੇ ਉਹਨਾਂ ਦੀ ਲੜਾਈ ਨੂੰ ਉਹਨਾਂ ਦੀ ਸੋਚ ਨੂੰ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਆਂ ਸੋ ਗੱਲ ਇਹ ਆ ਵੀ ਇਹ ਇੱਕ ਸੋਚ ਦੀ ਵਿਚਾਰਧਾਰਾ ਦੀ ਲੜਾਈ ਆ ਉਹਦੇ ਵਿੱਚ ਜੇ ਸੋਚੀਏ ਸਾਨੂੰ ਕਿਸ ਨੇ ਪੁੱਛਿਆ ਜਾਂ ਨਾ ਪੁੱਛਿਆ ਉੱਥੇ ਸਾਨੂੰ ਆਪਣੇ ਫਾਦਰ ਸਾਹਿਬ ਵੱਲੋਂ ਦੇਖਣਾ ਪੈਣਾ ਵੀ ਉਹਨਾਂ ਨੇ ਕੀ ਸੋਚ ਕੇ ਜਿੰਸ਼ਾਦਾ ਕਰੀਆਂ ਜੇ ਅਸੀਂ ਇਹੀ ਚੀਜ਼ ਤੇ ਰਹੇਗੇ ਵੀ ਸਾਨੂੰ ਕੋਈ ਪੁੱਛੂਗਾ ਤੇ ਤਾਂ ਅਸੀਂ ਤੁਰਾਂਗੇ ਜਾਂ ਕਰਾਂਗੇ ਪਰ ਉਹ ਲੜਾਈ ਉੱਥੇ ਹੀ ਰਹਿ ਜੂਗੀ ਅਸੀਂ ਤਾਂ ਇੱਕ ਸੋਚ ਦੀ ਇੱਕ ਵਿਚਾਰਧਾਰੀ ਲੜਾਈ ਲੈ ਕੇ ਚੱਲ ਰਹੇ ਆ ਉਹ ਲੜਾਈ ਆਉਣ ਵਾਲੀ ਪੀੜ੍ਹੀ ਨੂੰ ਦੇ ਕੇ ਜਾਣਾ ਚਾਹੁੰਦੇ ਆ ਵੀ ਆਉਣ ਵਾਲੀ ਸਾਡੀ ਜਨਰੇਸ਼ਨ ਨੂੰ ਦੇ ਕੇ ਜਾਣਾ ਚਾਹੁੰਦੇ ਆ ਤੇ ਉਹ ਤਾਂ ਹੀ ਹੋਊਗਾ ਜੇ ਅਸੀਂ ਜਿਨ੍ਹਾਂ ਦੇ ਜਿਨ੍ਹਾਂ ਦੇ ਜਿਹੜੇ ਸਾਡੇ ਉਹਨਾਂ ਦੇ ਵਾਰਸਾਂ ਸੀ ਭਾਈ ਰਿਸ਼ਪਾਲ ਸਿੰਘ ਸਾਡੇ ਦੇ ਹੋਰ ਸ਼ੀਰ ਸਿੰਘਾਂ ਦੇ ਤੇ ਜੇ ਉਹਨੂੰ ਅਸੀਂ ਕੈਰੀ ਆਨ ਕਰਾਂਗੇ ਕੰਟੀਨਿਊਸ ਕਰਾਂਗੇ ਲੜਾਈ ਨੂੰ ਤੁਸੀਂ ਕਿਹਾ ਅੱਗੇ ਵਾਰਸਾਂ ਨੂੰ ਦੇ ਕੇ ਜਾਣਾ ਚਾਹੁੰਦੇ ਹੋ ਇਹ ਜਿਹੜੀ ਸੋਚ ਸੀਗੀ ਜਿਹੜੀ ਲੜਾਈ ਸੀਗੀ ਤੁਹਾਡੇ ਆਪੋਨੈਂਟਸ ਨੇ ਇੱਥੇ ਰਾਜਾ ਬੜਿੰਕ ਲਾ ਲੀਏ ਅ ਰਵਨੀਤ ਬਿੱਟੂ ਲਾ ਲੀਏ ਕਮਲਜੀਤ ਬਰਾੜ ਵੀ ਨੇ ਜਿਹੜੇ ਹਨ ਉਹ ਵੀ ਖੜੇ ਨੇ ਤਾਂ ਪੱਪੀ ਪ੍ਰਾਸ਼ਰ ਖੜੇ ਨੇ ਤਾਂ ਉਹਨਾਂ ਨੂੰ ਕਿਵੇਂ ਦੇਖਦੇ ਹਾਂ ਰਣਵੀਰ ਢਿੱਲੋਂ ਖੜੇ ਨੇ ਜਿਹੜੇ ਅਕਾਲੀ ਦਲ ਵੱਲੋਂ ਰਵਨੀਤ ਬਿੱਟੂ ਨੂੰ ਕਿਵੇਂ ਦੇਖਦੇ ਹਾਂ ਤੁਹਾਡੀ ਪਾਰਟੀ ਨੂੰ ਕਹਿੰਦੇ ਨੇ ਉਹ ਕਹਿੰਦੇ ਖਾੜਕੂ ਆਵਾਜ਼ ਲਿਆ ਕੇ ਮੁੰਡੇ ਮਰਾਉਣਾ ਚਾਹੁੰਦੀ ਹੈ ਇਹ ਪਾਰਟੀ ਸਿਮਰ ਸਿੰਘ ਮਾਨ ਤੇ ਬਹੁਤ ਤਕੜੇ ਤੰਝ ਕੱਸਦੇ ਨੇ ਤੁਹਾਡੇ ਪਿਤਾ ਜੀ ਨੇ ਇਤਤੋਂ ਸ਼ਹੀਦ ਹੁੰਦੇ ਨੇ ਤਾਂ ਉਧਰਲੇ ਪਾਸੇ ਉਹ ਬਿੱਟੂ ਨੇ ਜਿਹੜੇ ਉਹ ਕਲੇਮ ਕਰਦੇ ਨੇ ਕਹਿੰਦੇ ਮੇਰੇ ਮੇਰਾ ਦਾਦਾ ਹੈ ਜਿਹੜਾ ਉਹ ਸ਼ਹੀਦ-ਏ-ਆਜ਼ਮ ਦੇਖੋ ਜੇ ਬਿੱਟੂ ਦੀ ਗੱਲ ਕਰੀਏ ਅੱਜ ਪੰਜਾਬ ਦੇ ਵਿੱਚ ਅਨੇਕਾਂ ਹੀ ਐ ਜਿਹੜਾ ਮਾਮਾ ਨੇ ਮਾਜੇ ਇਲਾਕੇ ਦੇ ਵਿੱਚ ਜਾ ਕੇ ਕਰੇ ਇੰਟਰਵਿਊਸ ਕਰਿਓ ਹਰ ਇੱਕ ਪਿੰਨ ਦੇ ਘਰ ਘਰ ਦੇ ਵਿੱਚ ਜਾ ਕੇ ਉਹ ਪਰਿਵਾਰ ਨੇ ਜਿਹੜੇ ਸ਼ਹੀਦ ਉਸ ਵੇਲੇ ਹੋਏ ਆ ਜਿਹੜੇ ਉਸ ਬयंते ਬੁੱਜੜ ਦੀ ਸਰਕਾਰ ਦੇ ਵਿੱਚ ਹੋਏ ਆ ਜੇ ਉਹ ਅੱਜ ਕਹਿੰਦੇ ਵੀ ਸਾਡਾ ਦਾਦਾ ਉਹ ਇੱਕ ਦਾਦੇ ਨੂੰ ਮਿਲ ਕੇ ਰਹੇ ਆ ਕਦੇ ਪੰਜਾਬ ਦੇ ਲੋਕਾਂ ਦੇ ਵਿੱਚ ਜਾ ਕੇ ਆਵਾਜ਼ ਸੁਣ ਵੀ ਲੋਕਾਂ ਦੀਆਂ ਮਾਵਾਆਂ ਦੀਆਂ ਭੈਣਾਂ ਦੀਆਂ ਕਿਨਾ ਕਿਨਾ ਨੌਜਵਾਨ ਜਿਹੜੇ ਬੱਚੇ ਹਜੇ 5ਵੀਂ 10ਵੀਂ ਚ ਪੜਦੇ ਸੀਗੇ ਉਹਨਾਂ ਨੂੰ ਜਿਹੜਾ ਕੋ ਕੋ ਕਸ਼ੀਦ ਕਰਿਆ ਗਿਆ ਇੱਕ ਵਾਰ ਬਿੱਟੂ ਨੂੰ ਕਹੋ ਵੀ ਇੱਕ ਵਾਰ ਉਹਨਾਂ ਦੀ ਆਵਾਜ਼ ਜਾ ਕੇ ਜਾ ਕੇ ਗੱਡੀਆਂ ਆਪਣੀਆਂ ਵਾਈ ਸਿਕਿਉਰਟੀ 'ਚ ਉਤਰ ਕੇ ਨਾ ਕਰੇ ਤੁਰ ਕੇ ਦੇਖੇ ਤਾਂ ਸਹੀ ਵੀ ਔਰ ਇਹ ਦਾਦੇ ਨੇ ਕੀ ਕਹਿਰ ਕਮਾਇਆ ਸੀ ਇਸ ਪੰਜਾਬ ਦੀ ਧਰਤੀ ਤੇ ਤਾਂ ਜਾ ਕੇ ਅਖੀਰ ਤੇ ਕਿਉਂਕਿ ਅਸੀਂ ਕਿਸੇ ਦਾ ਜਿਹੜਾ ਭਾਜੀ ਚੜੀ ਹੋ ਬੜੀ دیر ਰੱਖਦੇ ਨਹੀਂ ਸਿੱਖ ਕੌਮ ਉਹ ਤਾਂ ਜਾ ਕੇ ਤਰਨੀ ਪਈ ਆ ਸਾਨੂੰ ਨਹੀਂ ਤਾਂ ਸਾਨੂੰ ਕੋਈ ਏਡੀ ਲੋੜ ਨਹੀਂ ਸੀ ਵੀ ਉਹ ਕੋਈ ਸਾਡੀ ਕਿਸੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਆ ਸਿਰਫ ਇੱਕ ਆ ਵੀ ਜਿਹੜੀ ਬਾਜੀ ਆ ਉਹ ਸਾਡੇ ਸਿਰ ਤੇ ਅਸੀਂ ਬਾਲੀਦਰ ਨਹੀਂ ਰੱਖਦੇ ਬਿੱਟੂ ਤਾਂ ਕਹਿੰਦੇ ਮੇਰਾ ਦਾਦਾ ਹੈ ਜਿਹੜਾ ਸ਼ਾਂਤੀ ਦਾਦੂ ਸੀਗਾ ਕਹਿੰਦੇ ਸ਼ਾਂਤੀ ਲੈਂਦੀ ਆ ਪੰਜਾਬ ਦੇ ਵਿੱਚ ਮੇਰੇ ਦਾਦੇ ਨੇ ਜੇ ਨਾ ਹੁੰਦਾ ਕਹਿੰਦੇ ਸ਼ਾਂਤੀ ਨਹੀਂ ਸੀ ਹੋਣੀ ਸ਼ਾਂਤੀ ਡੈਮੋਕ੍ਰੇਸੀ ਤੋਂ ਬਾਹਰ ਜਾ ਕੇ ਜਦ ਤੁਸੀਂ ਕਤਲੇਆਮ ਕਰ ਰਹੇ ਹੋ ਕਤਲੇਆਮ ਕਰ ਰਹੇ ਹੋ ਪੰਜਾਬ ਦੇ ਬੱਚਿਆਂ ਦੀ ਜਨੋਸਾਈਡ ਕਰ ਰਹੇ ਹੋ ਤੇ ਉਹਨੂੰ ਸ਼ਾਂਤੀ ਕਹਿੰਦੇ ਆ ਫੇਰ ਉਹ ਸਰਕਾਰਾਂ ਦੇ ਜਿਹੜੇ ਤੁਸੀਂ ਏਡੇ ਏਡੇ ਸੰਵਿਧਾਨ ਬਣਾਏ ਆ ਉਹ ਸੰਵਿਧਾਨ ਫਿਰ ਕਿਸ ਕੰਮ ਦੇ ਆ ਜੇ ਤੁਸੀਂ ਕਤਲੇਆਮ ਕਰਕੇ ਆਮ ਜਿਹੜੇ ਬੱਚਿਆਂ ਨੂੰ ਮਾਰ ਕੇ ਛੋਟੇ ਛੋਟੇ ਬੱਚਿਆਂ ਮਾਵਾਂ ਭੈਣਾਂ ਦੀ ਬੇਬਤ ਕਰਕੇ ਉਹਨਾਂ ਨੂੰ ਮਾਰਨਾ ਉਹ ਜਿਸ ਸ਼ਾਂਤੀ ਆ ਮੈਂ ਕਹਣਾ ਇਹ ਜੀ ਸ਼ਾਂਤੀ ਕਦੇ ਵੀ ਕੋਈ ਨਾਮ ਮੰਗੇ ਜਿਹੜੀ ਇਹ ਸ਼ਾਂਤੀ ਇਹਦੇ ਦਾਦੇ ਨੇ ਲੈ ਕੇ ਆਂਦੀ ਸੀ ਸੋ ਤਾਂ ਇੱਥੇ ਅ ਹਮੇਸ਼ਾ ਵੀ ਆਏ ਸੀ ਪੀਐਮ ਮੋਤੀ ਵੀ ਆਏ ਸੀ ਗੱਲਾਂ-ਗੱਲਾਂ ਦੇ ਵਿੱਚ ਬਹੁਤ ਗੱਲਾਂ ਕਹਿ ਗਿਆ ਹਮੇਸ਼ਾ ਉਹ ਕਹਿੰਦੇ ਅਤਵਾਦ ਜਿਹੜੇ ਲਿਆਉਣਾ ਚਾਹੁੰਦੇ ਨੇ ਜਾਂ ਇਸ ਤਰੀਕੇ ਦੇ ਕਿਉਂਕਿ ਬਿੱਟੂ ਉਹਨਾਂ ਨੇ ਕਿਹਾ ਹੋਣਾ ਬਿੱਟੂ ਨੇ ਅਕਸਰ ਬਿਆਨ ਦਿੰਦੇ ਰਹਿੰਦੇ ਨੇ ਹਨਾ ਉਹਨਾਂ ਨੇ ਕਿਹਾ ਹੋਣਾ ਉਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਜਾਂ ਬੰਦੀ ਸਿੰਘਾਂ ਤੇ ਬਿਆਨ ਬਹੁਤ ਵੱਡਾ ਅਮੇਸ਼ਾ ਦੇ ਗਏ ਨੇ ਉਹ ਕਹਿੰਦੇ ਬਿੱਟੂ ਮੇਰਾ ਦੋਸਤ ਹੈ ਜਿਨ੍ਹਾਂ ਨੇ ਇਹਦੇ ਦਾਦੇ ਦਾ ਜਿਹੜਾ ਕਤਲ ਕੀਤਾ ਹੈ ਉਹਨਾਂ ਨੂੰ ਅਸੀਂ ਕਦੇ ਮਾਫ਼ ਨਹੀਂ ਕਰਾਂਗੇ ਹਾਲਾਂਕਿ ਬੀਜੇਪੀ ਨੇ ਪਹਿਲਾਂ ਕਿਹਾ ਸੀ ਕਿ ਬੰਦੀ ਸਿੰਘਾਂ ਨੂੰ ਅਸੀਂ ਰਿਹਾ ਕਰਾਂਗੇ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਪ ਸੀਗਾ ਦੇਖੋ ਇਹ ਡੋਗਲੀ ਰਾਜਨੀਤੀ ਤਾਂ ਜਿਹੜੀ ਬੀਜੇਪੀ ਸ਼ੁਰੂ ਤੋਂ ਲੜਦੀ ਆ ਰਹੀ ਆ ਹਨਾ ਸੋ ਸਿੱਖਾਂ ਪ੍ਰਤੀ ਜਿਹੜਾ ਜ਼ਹਿਰ ਉਹ ਇਨ੍ਹਾਂ ਲੋਕਾਂ ਕੋਲ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਸਕੋ ਮੈਂ ਤਾਂ ਇਨ੍ਹਾਂ ਦਾ ਧੰਨਵਾਦ ਕਰਦਾ ਜੇ ਉਹ ਅੱਜ ਸਾਡੇ ਆਮ ਸਿੱਖ ਜਿਹੜੇ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਬਧ ਅਧਿਕਾਰਾਂ ਦੀ ਗੱਲ ਕਰਦੇ ਆ ਜੀ ਅੱਜ ਵੀ ਇਹ ਉਹਨਾਂ ਨੂੰ ਆਤਕਵਾਦੀ ਜਾਂ ਇਹ ਕੋਸ਼ਿਸ਼ ਕਰਕੇ ਕਿ ਇਹਨਾਂ ਨੂੰ ਨਵਾਜਦੇ ਆ ਸੋ ਇਹਨਾਂ ਦੇ ਜਿਹੜੇ ਚਿਹਰੇ ਆ ਉਹ ਪੰਜਾਬ ਦੇ ਲੋਕਾਂ ਅੱਗੇ ਨੰਗੇ ਹੋ ਰਹੇ ਐ ਇਸੇ ਕਰਕੇ ਉਹਨਾਂ ਨੂੰ ਖੜਨ ਨਹੀਂ ਦੇ ਰਹੇ ਕਿਤੇ ਇਸੇ ਕਰਕੇ ਉਹਨਾਂ ਦੀ ਜਿਹੜੀਆਂ ਅੰਮ੍ਰਿਤਸਰ ਦੀਆਂ ਕੁਰਸੀਆਂ ਸੀ ਉਹ ਖਾਲੀ ਸੀਗੀਆਂ ਕਿਉਂਕਿ ਜਦ ਤੁਸੀਂ ਕਿਸੇ ਦੇ ਘਰੇ ਜਾ ਕੇ ਤੇ ਉਹਨਾਂ ਨੂੰ ਹੀ ਮੰਨਦਾ ਚੰਗਾ ਬੋਲਣਾ ਉਹਨਾਂ ਦੇ ਖਿਲਾਫ ਤੁਸੀਂ ਜਿਹੜੀ ਗਲਤ ਪਾਸ਼ਾ ਯੂਜ਼ ਕਰੋਗੇ ਤੇ ਤੁਹਾਨੂੰ ਉਹ ਕਿਵੇਂ ਖੜਨ ਦੇਣਗੇ ਘਰ ਦੇ ਵਿੱਚ ਸੋ ਉਹ ਸਰਕਾਰ ਨੂੰ ਜਿਹੜੀ ਇਹ ਬੀਜੇਪੀ ਸਰਕਾਰ ਉਹ ਪੰਜਾਬ ਦੇ ਲੋਕ ਉਹਨਾਂ ਨੂੰ ਜਵਾਬ ਦੇਈ ਜਾਂਦੇ ਆ ਬਿੱਟੂ ਤਾਂ ਕਹਿੰਦੇ ਅਸੀਂ ਜਿੱਤ ਰਹੇ ਆ ਇੱਥੋਂ ਕਹਿੰਦੇ ਲੁਧਿਆਣਾ ਕਹਿੰਦੇ ਪਤਾ ਕੀਤਾ ਪਿਆ ਸੀ ਨੇ ਕਹਿੰਦੇ ਲੋਕਾਂ ਦੇ ਵਿੱਚ ਮੈਂ ਜਾ ਰਹੇ ਆ ਲੋਕ ਕਹਿੰਦੇ ਤੁਹਾਡੇ ਨਾਲ ਆ ਬਿੱਟੂ ਤਾਂ ਕਲੇਮ ਕਰਦੇ ਨੇ ਲੋਕ ਸਿਆਣੇ ਹੋ ਗਿਆ ਜੀ ਲੋਕ ਜਦੋਂ ਵੀ ਕੋਈ ਲੀਡਰ ਜਾਂਦਾ ਹੈ ਇਹ ਹਰ ਇੱਕ ਨੂੰ ਕਹਿੰਦੇ ਅਸੀਂ ਤੁਹਾਡੇ ਨਾਲ ਆ ਉਹਦਾ ਪਤਾ ਚਾਰ ਤਰੀਕ ਨੂੰ ਲੱਗਣਾ ਵੀ ਉਹ ਕਿਹਨਾਂ ਨਾਲ ਨੇ ਅੱਛਾ ਹਾਂਜੀ ਲੋਕ ਜਾਨੀ ਕਿ ਲੀਡਰ ਆਵਾ ਕੀ ਕਹਿਣ ਲੱਗੇ ਵੀ ਠੀਕ ਹੈ ਠੀਕ ਹੈ ਤੁਹਾਡੇ ਨਾਲ ਜਿਹੜੇ ਲੀਡਰ ਵਾਅਦੇ ਕਰਦੇ ਸੀ ਪਹਿਲਾਂ ਜੀ ਜ਼ਰੂਰ ਤੁਹਾਡੇ ਸਾਹਮਣੇ ਆ ਕਿਤੇ ਦਾ 93 ਦੇ 93 ਜਿਹੜੇ ਆ ਜਿਹੜੇ ਆਪ ਦੇ ਲੀਡਰ ਜੁਦਾ ਕੇ ਇਹਨਾਂ ਨੇ ਭੇਜੇ ਤੇ ਦੂਜੇ ਪਾਸੇ ਜਦ ਸੰਗਰੂਰ ਦੀ ਬਾਰੀ ਆਈ ਤੇ ਸੰਗਰੂਰ ਦੇ ਵਿੱਚ ਪਲਟਾ ਮਾਰ ਕੇ ਰੱਖਤਾ ਉਹਨਾਂ ਨੇ ਕਿਉਂਕਿ ਜਦੋਂ 3 ਮਹੀਨੇ ਬਾਅਦ ਇਹ ਸੰਗਰੂਰ ਦਾ ਆਇਆ ਸੀ ਜਦ ਇਹ ਕਹਿੰਦੇ ਸਾਡਾ ਘਰ ਆ ਗੜਾ ਇੱਥੇ ਕੋਣ ਆ ਜੂਗਾ ਕੌਣ ਖਾਂਗੇ ਜੂਗਾ ਤੇ ਲੋਕਾਂ ਨੇ ਉੱਥੇ ਐ ਘਮਾ ਕੇ ਮਰੇ ਕਿਉਂਕਿ ਜਦੋਂ ਹੰਕਾਰ ਬੰਦੇ ਦਾ ਜਦੋਂ ਅਤ ਦਾ ਹੋ ਜਾਂਦਾ ਨਾ ਤੇ ਲੋਕ ਬੜੇ ਸਿਆਣੇ ਆ ਅੱਜ ਕੱਲ ਦੇ ਤੇ ਨਾਲ ਦੀ ਨਾਲ ਉਹ ਪਲਟਾ ਮਰਾ ਦਿੰਦੇ ਆ ਮੈਂ ਅੱਜ ਹੀ ਮੀਤਹਿਰ ਦੀ ਇੰਟਰਵਿਊ ਕਰਕੇ ਆਇਆ ਸਵੇਰੇ ਉਹ ਕਹਿੰਦੇ ਮਾਨ ਸਾਹ ਉਹਦਾ ਤਾਂ ਕਹਿੰਦੇ ਸੋਸ਼ਲ ਮੀਡੀਆ ਤੇ ਹੀ ਚੱਲਦਾ ਸਾਰਾ ਕਹਿੰਦੇ ਲੋਕ ਤਾਂ ਸਾਡੇ ਨਾਲ ਨਹੀਂ ਇੱਥੇ ਦੇ ਮੈਂ ਤੁਹਾਨੂੰ ਦੱਸਿਆ ਜੀ ਜਿਵੇਂ ਇਹਨਾਂ ਨੇ ਪਿਛਲੀ ਵਾਰ ਵੀ ਕਰਿਆ ਭਗਵੰਤ ਮਾਨ ਦਾ ਤਾਕੀ ਦਾ ਲੜਕਾ ਦਾ ਤੇ ਦਿੱਲੀ ਦਾ ਲਾਲਾ ਛੱਤ 'ਤੇ ਖੜਾਤਾ ਤੇ ਫੇਰ ਵੀ ਉਹਨਾਂ ਤੋਂ ਕੁਝ ਨਹੀਂ ਹੋਇਆ ਨਾਲੇ ਸਾਰੇ ਪੰਜਾਬ ਦੇ ਜਿਹੜੇ 93 ਦੇ 93 ਐਮਐਲਏ ਸੀ ਉਹ ਇੱਥੇ ਕੈਂਪੇਨ ਕਰ ਰਹੇ ਸੀ ਤੇ ਲੋਕਾਂ ਨੇ ਫੇਰ ਵੀ ਪਲਟਾ ਮਾਰੇ ਆ ਤੇ ਅੱਜ ਵੀ ਤੁਹਾਡੇ ਸਾਹਮਣੇ ਆ ਕੰਮ ਬੋਲਣਗੇ ਸਰਦਾਰ ਸਿਮਰਤ ਸਿੰਘ ਮਾਨ ਦੇ ਜਿਹੜੇ ਕੰਮ ਚੱਲ ਰਹੇ ਆ ਹੁਣ ਤੱਕ ਉਹਨਾਂ ਨੇ ਜੋ ਉਥੇ ਪ੍ਰੋਜੈਕਟ ਲਾਦੇ ਆ ਲੋਕਾਂ ਨੂੰ ਪਤਾ ਵਾ ਵੀ ਅੱਜ ਤੱਕ ਕਿਸ ਨੂੰ ਇਹ ਵੀ ਨਹੀਂ ਪਤਾ ਸੀ ਵੀ ਐਮਪੀ ਦੇ ਕੰਮ ਕੀ ਹੁੰਦੇ ਆ ਉਹਦਾ ਸਰਦਾਰ ਸਿਮਰਤ ਸਿੰਘ ਮਾਨ ਨੇ ਜਦ ਰਾ ਕੇ ਲੋਕਾਂ ਨੂੰ ਦੱਸਿਆ ਨਾ ਕੰਮ ਕਰਕੇ ਦਿਖਾਏ ਤੇ ਲੋਕ ਹੈਰਾਨ ਹੋਏ ਵੀ ਆ ਵੀ ਕੰਮ ਐਮਪੀ ਦੇ ਸੀਗੇ ਸੋ ਲੋਕ ਜਿਹੜਾ ਬਦਲਾਵ ਉਹ ਦੇਖ ਚੁੱਕੇ ਆ ਨਾ ਜੋ ਉਹਨਾਂ ਨੂੰ ਚਸਕਾ ਲੱਗ ਚੁੱਕਿਆ ਬਦਲਾਵ ਦਾ ਉਹ ਇਸ ਵਾਰ ਫੇਰ ਲੈ ਕੇ ਆਉਣਗੇ ਤੁਸੀਂ ਕਹ ਲੋਕਾਂ ਨੂੰ ਨਹੀਂ ਸੀ ਪਤਾ ਐਮਪੀ ਦੇ ਕੰਮ ਕਿਹੜੇ-ਕਿਹੜੇ ਹੁੰਦੇ ਨੇ ਸਿੰਘ ਮਾਨ ਨੇ ਕਰਕੇ ਦਿਖਾਤੇ ਕੰਮ ਪਰ ਵਿਰੋਧੀ ਨੇ ਜਿਹੜੇ ਤੁਹਾਡੇ ਤੇ ਉਹ ਲਗਾਤਾਰ ਕਹਿੰਦੇ ਨੇ ਕਹਿੰਦੇ ਡੈਮੋਕਰੇਟ ਕਿ ਨਹੀਂ ਤੁਹਾਡੂੰ ਤੁਹਾਨੂੰ ਮੰਨਦੇ ਉਹ ਉਹ ਕਹਿੰਦੇ ਇਹ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਆ ਭਾਵੇਂ ਸਾਰੀਆਂ ਪਾਰਟੀਆਂ ਦੇ ਲਾ ਲਈਏ ਤੁਹਾਡੇ ਤੇ ਤਕੜਾ ਤਾਂਚ ਕਰਦੇ ਨੇ ਇਸ ਗੱਲ ਨੂੰ ਲੈ ਕੇ ਉਹ ਤੁਸੀਂ ਕਹਿੰਦੇ ਅਸੀਂ ਡੈਮੋਕ੍ਰੇਟ ਮਾਨ ਸਾਹਿਬ ਨੇ ਲੋਕਾਂ ਨੂੰ ਦੱਸਤਾ ਵੀ ਹਾਂ ਐਮਪੀ ਦੇ ਆ ਕੰਮ ਹੁੰਦੇ ਨੇ ਦੇਖੋ ਡੈਮੋਕ੍ਰੈਟਿਕ ਜਿਹੜੇ ਫੰਡਸ ਨੇ ਉਹ ਨਾ ਦਾ ਕੋਈ ਸਬਧਾਨ ਦੇ ਕੇ ਆਉਂਦੇ ਨੇ ਨਾ ਉਹ ਤਾਂ ਜੋ ਪਰੋਂ ਆਉਣੇ ਐ ਜਿਵੇਂ ਐਮਪੀ ਉਹ ਉਮੇ ਆ ਰਹੇ ਆ ਤੇ ਮਾਨ ਸਾਹਿਬ ਨੇ ਵੱਟ ਚੜ ਕੇ ਜਿਹੜੇ ਆ ਉਹ ਕੰਮ ਲੋਕਾਂ ਦੇ ਕਰਾਏ ਆ ਹੁਣ ਮਾਨ ਸਾਹਿਬ ਦੇ ਦੋਤੇ ਦੀ ਗੱਲ ਕਰੀਏ ਜਿਹੜਾ ਗਵਰਨਮੈਂਟ ਸਿੰਘ ਆ ਉਹਨੇ ਕੋਈ ਕਾਂਗਰਸ ਨਹੀਂ ਦੇਖਿਆ ਕੋਈ ਅਕਾਲੀ ਨਹੀਂ ਦੇਖਿਆ ਉਹਨਾਂ ਨੇ ਕੱਲੇ-ਕੱਲੇ ਦੇ ਜਿਹੜੇ ਕੰਮ ਕਰਾ ਕੇ ਦਿੱਤੇ ਆ ਜਿਹੜੇ ਹੁਣ ਬਾਕੀ ਦੇ ਲੋਕ ਆ ਜਦੋਂ ਕੋਈ ਲੀਡਰ ਕੋਈ ਕਿਸੇ ਕੋਲ ਜਾਂਦਾ ਪਹਿਲਾਂ ਇਹ ਪੁੱਛਦਾ ਕਿਸੇ ਆਮ ਬੰਦੇ ਨੂੰ ਵੀ ਵੋਟ ਕਿਨੂੰ ਪਾਈ ਆ ਕਿੰਨਾ ਚੱਲਣਾ ਸੋ ਮਾਨ ਸਾਹਿਬ ਨੇ ਆਪਣੇ ਕਾਰਜਕਾਲ ਚ ਨਾ ਤਾਂ ਕਿਸ ਨੂੰ ਇਹ ਪੁੱਛਿਆ ਵੀ ਤੂੰ ਕਿੱਦਾਂ ਚੱਲਦਾ ਤੂੰ ਕਿਹਦੇ ਵੱਲੋਂ ਆ ਮਾਨ ਸਾਹਿਬ ਨੇ ਸਾਰਿਆਂ ਦੇ ਕੰਮ ਕੀਤੇ ਆ ਲੋਕ ਹੁਣ ਸੂਝਮਾਨ ਆ ਉਹ ਇਹ ਵੇਖਦੇ ਆ ਵੀ ਕਿਹੜਾ ਲੀਡਰ ਸਾਡੇ ਅਸਲ ਪੰਜਾਬ ਦੀ ਆਵਾਜ਼ ਜਿਹੜਾ ਵਾ ਉਹ ਬੁਲੰਦ ਕਰ ਸਕਦਾ ਤੇ ਲੋਕ ਉਧਰ ਨੂੰ ਤੁਰਦੇ ਆ ਤੇ ਇਸ ਵਕਤ ਮਾਨ ਸਾਹਿਬ ਦੀ ਜਿਹੜੀ ਆਵਾਜ਼ ਆ ਉਹ ਤੁਹਾਡੇ ਸਾਹਮਣੇ ਆ ਸੰਗਰੂਰ ਦੇ ਵਿੱਚ 4 ਤਰੀਕ ਨੂੰ ਪਤਾ ਲੱਗ ਜੂ ਵੀ ਕਿਹਦੇ ਨਾਲ ਚੱਲਦੇ ਆ ਤੇ ਕਾਂਗਰਸ ਤੋਂ ਰਾਜਾ ਵੜਿੰਗ ਖੜੇ ਨੇ ਉਹਨਾਂ ਬਾਰੇ ਕੀ ਕਹੋਗੇ ਫਿਰ ਉਹ ਕਲੇਮ ਕਰਦ ਨੇ ਉਹ ਕਹਿੰਦੇ ਸੀ ਜਿੱਤੇ ਪਏ ਆ ਕਾਂਗਰਸ ਤਾਂ ਇੱਥੇ ਕਹਿੰਦੀ ਦੇਖੋ ਬੜਿੰਗ ਸਾਹਿਬ ਦੀ ਗੱਲ ਇਹ ਆ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਵੀ ਜਦੋਂ ਗਿੱਦੜ ਪਾਏ ਦੇ ਲੋਕਾਂ ਨੇ ਜੁਤਾ ਕੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਬੁਲੰਦ ਕਰਨ ਨੂੰ ਜਦ ਜੁਤਾ ਕੇ ਭੇਜਿਆ ਅੱਜ ਉਹ ਬੋਰੀ ਬਿਸਤਰਾ ਚੱਕ ਕੇ ਲੁਧਿਆਣੇ ਆ ਗਏ ਆ ਫੇਰ ਲੁਧਿਆਣੇ ਦੇ ਲੋਕ ਕਿਵੇਂ ਵਿਸ਼ਵਾਸ ਕਰ ਲੈਣਗੇ ਇੱਕ ਪਾਸੇ ਉਹ ਕਹਿੰਦੇ ਅਸੀਂ ਯਾਰਾਂ ਦੇ ਯਾਰ ਆ ਜਿਹੜੇ ਪਿਛਲੇ ਯਾਰ ਸੀ ਉਹਨਾਂ ਨੂੰ ਛੱਡ ਕੇ ਇੱਥੇ ਨਵੇਂ ਯਾਰ ਬਣਾਉਣਾ ਗਿਆ ਚੋ ਲੋਕ ਬਹੁਤ ਸਿਆਣੇ ਆ ਮੈਂ ਤੁਹਾਨੂੰ ਦੱਸਿਆ ਉਹ ਕਹਿੰਦੇ ਲਿਸਟ ਚ ਚੜਾਇਆ ਸੀ ਨੇ ਕੱਲ ਪਹਿਲਾਂ ਗਿੱਦੜਵਾਹਾ ਸੀਗਾ ਫਿਰ ਬਠਿੰਡਾ ਸੀਗਾ ਹੁਣ ਕਹਿੰਦੇ ਲੁਧਿਆਣਾ ਵੀ ਲਿਸਟ ਚ ਆ ਗਿਆ ਮੈਂ ਕਿਹਾ ਲਿਸਟ ਜਿੱਦਾਂ ਚੜਾਇਆ ਜ਼ਰੂਰ ਹੋਊਗਾ ਅੱਜ ਕਾਲ ਦੇ ਜਿਹੜੇ ਲੋਕ ਆ ਸੋਸ਼ਲ ਮੀਡੀਆ ਦਾ ਸਮਾਵਾਂ ਉਹ ਸਾਰਾ ਦੇਖ ਲੈਂਦੇ ਆ ਲੋਕ ਉਥੋਂ ਉਹ ਮਿਲਕਦੇ ਆ ਵੇ ਇਸ ਦਾ ਜਿਤਾ ਕੇ ਭੇਜਿਆ ਸੀ ਸਾਡੇ ਕੰਮ ਹੋਣਗੇ ਤੇ ਇਹ ਬੋਰੀ ਬਿਸਤਰਾ ਚੱਕ ਕੇ ਹੋ ਰਿਆ ਗਿਆ ਸੋ ਲੋਕ ਸਿਆਣੇ ਆ ਲੋਕਾਂ ਨੇ ਇਹ ਇਹਨਾਂ ਨੂੰ ਜਵਾਬ ਜਿਹੜੇ ਆ ਉਹ ਦੇ ਦਨੇ ਆ ਅੱਜ 4 ਤਰੀਕ ਨੂੰ ਤੁਹਾਡੇ ਸਾਹਮਣੇ ਆਉਣਾ ਤੇ ਲੋਕ ਉਥੇ ਤੁਹਾਨੂੰ ਦੱਸਣਗੇ ਵੀ ਕੀ ਅਸਲ ਬਾਤ ਜਿਹੜੀ ਪੰਜਾਬ ਦੀ ਗੂੰਜ ਰਹੀ ਹੈ ਇਸ ਵਕਤ ਤੇ ਉਹ ਗੂੰਜੂਗੀ ਕਮਲਜੀਤ ਬਰਾੜ ਤੇ ਤੁਸੀਂ ਕਾਫੀ ਤਿੱਖਾ ਬੋਲਦੇ ਨਜ਼ਰ ਆਏ ਹੋ ਭਾਈ ਅਮਰਤਪਾਲ ਸਿੰਘ ਦੀ ਫੋਟੋ ਲਾਈ ਹੋ ਨਾ ਨੇ ਨਾਲ ਤੁਹਾਨੂੰ ਕੀ ਪ੍ਰੋਬਲਮ ਆ ਉਹਨਾਂ ਦੀ ਫੋਟੋ ਲਾਉਣ ਦੇ ਨਾਲ ਦੇਖੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਪਰ ਗੱਲ ਇਹ ਆ ਵੀ ਇੱਕ ਪਾਸੇ ਦਰਸ਼ਨ ਸਿੰਘ ਬਰਾੜ ਜਿਹੜਾ ਦਰਸ਼ਨ ਖੋਟੇ ਆ ਉਹ ਬਿਆਨਤੇ ਬੁੱਚੜ ਦੀ ਸਰਕਾਰ ਦੇ ਵਿੱਚੋਂ ਦਾ ਯਾਰ ਰਿਆ ਤੇ ਉਹ ਉੱਥੇ ਜਗਰਾਉਂਦਾ ਐਮਐਲਆ ਰਿਆ ਸੋ ਮੈਨੂੰ ਪ੍ਰੋਬਲਮ ਆ ਉਹ ਜਿਹੜੀ ਫੋਟੋ ਉੱਪਰ ਗੋਲ ਲੱਗੀ ਹੋਈ ਆ ਉਹ ਉੱਪਰ ਫੋਟੋ ਜਿਹੜੀ ਦਰਸ਼ਨ ਸਿੰਘ ਖੋਟੇ ਦੀ ਲੱਗੀ ਹੋਈ ਆ ਜਿਨੇ ਸਾਡੇ ਨੌਜਵਾਨ ਮਰਾਈ ਹੋਣ ਜਿਨੇ ਸਾਡੇ ਧੀਆ ਪੇਣਾ ਦੀ ਬੇਬਤ ਕਰਾਈ ਹੋਵੇ ਤੇ ਉਹ ਉਹ ਬੁੱਚੜ ਪੜੇ ਦੇ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ ਹੋਵੇ ਸਾਡੇ ਕੌਂਕੇ ਸਾਹਿਬ ਜਿਨ੍ਹਾਂ ਦੇ ਕਾਰਜਕਾਚ ਸ਼ਹੀਦ ਹੋਏ ਆ ਸੋ ਅੱਜ ਜੇ ਉਹਨਾਂ ਦੇ ਬਾਰਸ਼ ਕਹਿ ਕੇ ਆ ਕਹਿਣ ਵੀ ਸਾਨੂੰ ਪੰਥ ਦੇ ਕੌਮ ਦਾ ਦਰਦ ਜਾਗਿਆ ਇਹਦੇ ਸਾਡਾ ਸਾਥ ਦੋ ਸੋ ਉਹ ਚੀਜ਼ ਦੀ ਜਿਹੜੀ ਸਾਨੂੰ ਮੈਨੂੰ ਪ੍ਰੋਬਲਮ ਹੈ ਹੈ ਜਦੋਂ ਤੁਸੀਂ ਕੌਮ ਦੇ ਵਿੱਚ ਦੁਬਿਧਾ ਪੈਦਾ ਕਰ ਦਿੰਦੇ ਹੋ ਤੁਸੀਂ ਉਹ ਜਿਹੜੇ ਲੋਕ ਪੰਜਾਬ ਦੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਆ ਤੇ ਇਹ ਜਿਹੜੇ ਲੋਕ ਆ ਮਖੋਟੇ ਧਾਰੀ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਉਹ ਪੰਥ ਦੇ ਕੌਮ ਦੀ ਆ ਤੇ ਇਹ ਮਖੋਟਾ ਬਦਲ ਕੇ ਅੱਜ ਪੰਥ ਦੇ ਕੌਮ ਦੇ ਬਣ ਗਏ ਆ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਦੀ ਫੋਟੋ ਜਿਹੜੀ ਵਰਤੀ ਜਾ ਰਹੀ ਹੈ ਉੱਪਰ ਇੱਕ ਪਾਸੇ ਉਹ ਹੀ ਦਰਸ਼ਨ ਸਿੰਘ ਖੋਟੇ ਜਿਹੜਾ ਬਿਆਨਸਿਓਂ ਦੀ ਸਰਕਾਰ ਦੇ ਵਿੱਚ ਜਿਨੇ ਇੰਨਾ ਕਹਿਣ ਕੀਤਾ ਸਾਡੇ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਆ ਉਹ ਇਹਦੀ ਸਰਕਾਰ ਚ ਸ਼ਹੀਦ ਕਰਾ ਤੇ ਉਹ ਤੋਂ ਬਾਅਦ ਉਹ ਤੋਂ ਪਹਿਲਾਂ ਫਾਦਰ ਸਾਹਿਬ ਜਿਹੜੇ ਮੇਰੇ 1992 ਚ ਸ਼ਹੀਦ ਹੋਏ ਆ ਭਾਈ ਗਰਜੰਤ ਸਿੰਘ ਵਰਸਿੰਘ ਵਾਲਾ ਸ਼ਹੀਦ ਹੋਏ ਆ ਅਨੇਕਾਂ ਹੀ ਨੌਜਵਾਨ ਜਿਹੜੇ ਰੋਜ਼ ਅਖਬਾਰਾਂ ਦੇ ਵਿੱਚ ਹੁੰਦਾ ਸੀ ਵੀ ਉਹਨਾਂ ਦੇ ਦਾਦਾ ਸਿੰਘਾਂ ਦੀਆਂ ਫੋਟੋਆਂ ਹੁੰਦੀਆਂ ਸੀ ਉਹ ਇਹਨਾਂ ਦੇ ਜਿਹੜੀ ਜ਼ਾਲਮ ਸਰਕਾਰ ਦੇ ਵਿੱਚ ਸ਼ਹੀਦ ਹੋਇਆ ਤੇ ਕਿੱਥੇ ਉਹ ਚੀਜ਼ ਦਾ ਜਵਾਬ ਵੇਲੇ ਇਹ ਐ ਐਮ ਐਲ اے ਸੀ ਇਹਨਾਂ ਦੇ ਪਿਤਾ ਜੀ ਜਿਸ ਵੇਲੇ ਸ਼ਹੀਦੀਆਂ ਹੋਈਆਂ ਸਾਰੀਆਂ ਇਹ 1992 ਦੀ ਗੱਲ ਆ ਰਹੀ ਇਹਦੇ ਫਾਦਰ ਜਦੋਂ ਬਾਈਕ ਆਊਟ ਕੀਤਾ ਸੀਗਾ ਇਹਨੇ ਬਿਆਨ ਤੇ ਬੁੱਚੜ ਦੇ ਜਿਹੜਾ ਯਾਰ ਹੋਣ ਦੇ ਨਾਤੇ ਇਹ ਉਦੋਂ ਜਗਰਾਉਂ ਤੋਂ ਇਲੈਕਸ਼ਨ ਲੜਿਆ ਸੀਗਾ ਤੇ ਉਦੋਂ 8000 ਤੇ ਦਰਸ਼ਨ ਖੋਟੇ ਜਿੱਤੇ ਸੀ ਤਾਂ ਬਿਆਨ ਸਿੰਘ ਦੇ ਨਾਲ ਇਹਨਾਂ ਦਾ ਨੇੜਤਾ ਕਾਫੀ ਸੀ ਨੇੜਤਾ ਪੂਰੀ ਨੇੜਤਾ ਸੀਗੀ ਪਾਲਤੂ ਹੋਣ ਦੇ ਨਾਤੇ ਜਿਹੜਾ ਭਾਈ ਇਹਨਾਂ ਨੇ ਉਸ ਵੇਲੇ ਪੰਜਾਬ ਦੀ ਜਿਹੜੇ ਲੋਕਾਂ ਦਾ ਘਾਣ ਕਰਿਆ ਸੋ ਮੈਂ ਉਹੀ ਜਿਹੜਾ ਪਰਿਵਾਰ ਨੂੰ ਵੀ ਅੱਜ ਸਵਾਲ ਕਰਦਾ ਵੀ ਉਹਨਾਂ ਨੂੰ ਆਪਣਾ ਇਹ ਸਪਸ਼ਟੀਕਰਨ ਦੇਣਾ ਚਾਹੀਦਾ ਵੀ ਅੱਜ ਜੇ ਪੰਜਾਬ ਦੇ ਕੌਮ ਥੋੜੇ ਦੇ ਜਿ ਵਿਸ਼ਵਾਸ ਕਰ ਰਹੀ ਆ ਭਾਈ ਅਮਰਤਪਾਲ ਸਿੰਘ ਦਾ ਸਾਥ ਦੇ ਰਹੀ ਆ ਤੇ ਸਾਨੂੰ ਇਸ ਦੀ ਕੀ ਮਜਬੂਰੀ ਪੈ ਗਈ ਵੀ ਤੁਹਾਨੂੰ ਲੁਧਿਆਣਾ ਦੀ ਇੱਕ ਸ਼ਹੀਦ ਪਰਿਵਾਰ ਨਹੀਂ ਦਿਖਿਆ ਦੂਜੇ ਪਾਸੇ ਤੁਸੀਂ ਸਾਬਕਾ ਕਾਂਗਰਸੀ ਜਿਹਦਾ ਫਾਦਰ ਦੀ ਆ ਦੇਣਾ ਕੌਮ ਨੂੰ ਅੱਜ ਸਾਡੇ ਨੌਜਵਾਨ ਜੇ ਮਾਵਾ ਬਿਲਕਰੀਆਂ ਨੇ ਅੱਜ ਘਰਾਂ ਦੇ ਘਰ ਖਾਲੀ ਹੋ ਗਏ ਉਹ ਦੇਣ ਇਸ ਕਮਲਜੀਤ ਬਰਾੜ ਦੇ ਫਾਦਰ ਦੀ ਆ ਤੇ ਸਾਨੂੰ ਉਹਦੇ ਤੇ ਸਪਸ਼ਟੀ ਕਰਨ ਦੇਣਾ ਚਾਹੀਦਾ ਯਾਰ ਵੀ ਅਸੀਂ ਕੌਮ ਨੂੰ ਕਿਉਂ ਵੀ ਹਨ ਨੇਰੇ ਚ ਲੈ ਕੇ ਜਾ ਰਹੇ ਹਾਂ ਸਾਡੀ ਕੀ ਮਜਬੂਰੀ ਬਣੇ ਵੀ ਇੱਕ ਛੀਦ ਪਰਿਵਾਰ ਨੂੰ ਛੱਡ ਕੇ ਅਸੀਂ ਉਸ ਸ਼ਾਪਕਾ காங்கிரஸ் ਜਿਹੜਾ ਅੱਜ ਵੀ ਕਹਿ ਰਿਹਾ ਵੀ ਕਾਂਗਰਸ ਮੜੇ ਨਹੀਂ ਕਾਂਗਰਸ ਕੁਝ ਲੋਕ ਮੜੇ ਆ ਕੱਲ ਨੂੰ ਉਹਨੂੰ ਟਿਕਟ ਮਿਲ ਗਈ ਉਹ ਤਾਂ ਫੇਰ ਦੁਬਾਰਾ ਉਧਰ ਨੂੰ ਚੜ ਜੂਗਾ ਸੋ ਕਹੂ ਨੂੰ ਨੇ ਰਿਚ ਕਿਉਂ ਲੈ ਕੇ ਜਾ ਰਹੇ ਲੱਗਦਾ ਜਾਣਗੇ ਫਿਰ ਕਾਂਗਰਸ ਦੇ ਵਿੱਚ ਜ਼ਰੂਰ ਜਾਊਗਾ ਜੀ ਜਿਹੜਾ ਅੱਜ ਕਹਿ ਰਿਹਾ ਵੀ ਕਾਂਗਰਸ ਮਾੜੀ ਨਹੀਂ ਕਾਂਗਰਸ 'ਚ ਕੁਝ ਲੋਕ ਮਾੜੇ ਆ ਇੱਕ ਪਾਸੇ ਉਹ ਕਹਿੰਦਾ ਮੈਂ ਇੰਦਰਾ ਨੂੰ ਗਾਲਾਂ ਕੱਢਦਾ ਰਿਹਾ ਮੈਂ ਨਹੀਂ ਚੰਗਾ ਸਮਝਦਾ ਤੇ ਦੂਜੇ ਪਾਸੇ ਜਿਹੜੇ 도ਗਲੇ ਚਿਹਰੇ ਦਿਖਾ ਰਿਹਾ ਆਪਣੇ ਫਾਦਰ ਦੀ ਫੋਟੋ ਲਾਈ ਆ ਉਥੇ ਖੁੱਲ ਕੇ ਕਈ ਵੀ ਜਿਹੜਾ ਬਿਆਨ ਸੀ ਉਹਦੇ ਬੁੱਚੜਨੇ ਜਿਹੜੇ ਕਹਾਣ ਕੀਤਾ ਕੌਮ ਦਾ ਉਹਦੇ ਵਿੱਚ ਮੇਰਾ ਫਾਦਰ ਸ਼ਾਮਿਲ ਸੀਗਾ ਤੇ ਮੇਰਾ ਫਾਦਰ ਗਲਤ ਸੀ ਠੋਕ ਕੇ ਕਵੇ ਉਥੇ ਉਥੇ ਕਿਉਂ ਨਹੀਂ ਬੋਲਦਾ ਉਥੇ ਕਿਉਂ ਇਹਦਾ ਕੌਮੀ ਚਿਹਰਾ ਜਿਹੜਾ ਵਾ ਵੀ ਉਹ ਦੋਗਲਾ ਹੋ ਜਾਂਦਾ ਉਥੇ ਬੋਲਣਾ ਚਾਹੀਦਾ ਇਹਨੂੰ ਤਾਂ ਕੀ ਲੱਗਦਾ ਦੋਗਲਾ ਚਿਹਰਾ ਡੈਫੀਨਿਟਲੀ ਦੋਗਲਾ ਚਿਹਰਾ ਜੀ ਜਦੋਂ ਆਪਣੇ ਇੱਕ ਪਾਸੇ ਕਿਉਂਕਿ ਉਹ ਲਗਾਤਾਰ ਕਲੇਮ ਕਰਦੇ ਸੀ ਕਹਿੰਦੇ ਭਾਈ ਅਮਰਤਪਾਲ ਸਿੰਘ ਬਾਰੇ ਜਦੋਂ ਉਹਨਾਂ ਤੇ ਐਕਸ਼ਨ ਕੀਤਾ ਇਹਨਾਂ ਨੇ ਉਦੋਂ ਵੀ ਮੈਂ ਬੋਲੇ ਆ ਪਹਿਲਾਂ ਵੀ ਮੈਂ ਬੋਲਦਾਂ ਰਹੇ ਕਹਿੰਦੇ ਸਿੱਖੀ ਸ਼ੂ ਮੈਂ ਚੱਕਦਾ ਰਿਆਂ ਉਹਨਾਂ ਨੇ ਤਾਂ ਹਾਲਾਂਕਿ ਜਿਹੜਾ ਰੋਡ ショ ਵੀ ਕੱਢਿਆ ਆਪਣਾ ਕੇਸਰੀ ਨਿਸ਼ਾਨ ਸਾਹਿਬ ਜਾਂ ਕੇਸਰੀ ਝੰਡੇ ਲੈ ਕੇ ਕੱਢਿਆ ਕਿਉਂਕਿ ਭਾਈ ਸਾਹਿਬ ਅੱਜ ਜਿਹੜੀ ਆਵਾਜ਼ ਆ ਪੰਜਾਬ ਦੀ ਉਹ ਕੇਸਰੀ ਨਿਸ਼ਾਨ ਦੀ ਆ ਉਹ ਤਾਂ ਕਰਕੇ ਕੱਢਿਆ ਪਰ ਜਦੋਂ ਫਲੈਕਸਾਂ ਜਾਂ ਪੋਸਟਰ ਲੱਗ ਰਹੇ ਨੇ ਉੱਥੇ ਦਰਸ਼ਨ ਸਿੰਘ ਖੋਟੀ ਆ ਉੱਥੇ ਉਹ ਦੱਸ ਰਿਹਾ ਵੀ ਮੈਂ ਇੱਕ ਪਾਸੇ ਜੇ ਅੱਜ ਕੌਮ ਦਾ ਮਕੋਟਾ ਪਾਇਆ ਹੋਇਆ ਤੇ ਦੂਜੇ ਪਾਸੇ ਹਲਾਤ ਮੈਂ ਉਸੇ ਗਦਾਰ ਦੀ ਆ ਜਿਹਨੇ ਕੌਮ ਨੂੰ ਨਾਲਕ ਧਰੋਕ ਮਾਇਆ ਉਹ ਠੋਕ ਠੋਕ ਕੇ ਕਹਿ ਰਿਹਾ ਵਾ ਉਹਦਾ ਸਾਡੀ ਕੌਮ ਨੂੰ ਉਹ ਸਮਝਣਾ ਚਾਹੀਦਾ ਵੀ ਇਹਦਾ ਅਸਲ ਸੱਚਾਈ ਕੀ ਆ ਉਹਦਾ ਪੋਸਟਰ ਨੇ ਲੈ ਕੇ ਦੱਸ ਰਿਹਾ ਬਈ ਇੱਕ ਪਾਸੇ ਮੈਂ ਮਕੋਟਾ ਪਾ ਕੇ ਕੌਮ ਦਾ ਕੌਮ ਨੂੰ ਮੈਂ ਜਿਹੜਾ ਝੂਠ ਬੋਲ ਰਿਹਾ ਦੂਜੇ ਪਾਸੇ ਮੈਂ ਔਲਾਦ ਉਸੇ ਦਰਸ਼ਨ ਸਿੰਘ ਖੋਟੇ ਦੇ ਜਿਹੜੀ ਉੱਪਰ ਲੱਗੀ ਹੋਈ ਆ ਤੁਹਾਡਾ ਕਹਿਣਾ ਵੀ ਧਰੂਵੀ ਕਰਨ ਕੀਤਾ ਜਾ ਰਿਹਾ ਜਾਂ ਕੇਸ ਨਹੀਂ ਸ਼ਾਂ ਸਾਹਬ ਨੂੰ ਵਰਤਿਆ ਜਾ ਰਿਹਾ ਤੁਸੀਂ ਸਿੱਧਾ ਕਹਿੰਦੇ ਹੋ ਵਰਤਿਆ ਜਾ ਰਿਹਾ ਜੀ ਤੁਹਾਡੇ ਸਾਹਮਣੇ ਆ ਅੱਜ ਜੇ ਬੰਦਾ ਸੱਚਾ ਮੈਂ ਇੱਕ ਠੋਕ ਕੇ ਕਹਿੰਦਾ ਮਸ਼ੀਦ ਪਾਈ ਰਿਸ਼ਪਾਲ ਸਿੰਘ ਛੰੜਣਾ ਦਾ ਬੇਟਾ ਮੈਂ ਤੇ ਉਹਨੂੰ ਵੀ ਫਿਰ ਸਪਸ਼ਟ ਹੋਣਾ ਚਾਹੀਦਾ ਨਾ ਵੀ ਮੇਰਾ ਬਾਪੂ ਕੌਮ ਦੇ ਨਾਲ ਆ ਕੇ ਖਿਲਾਫ ਸੀ ਜਿਵੇਂ ਉਹਦੇ ਸਰਕਾਰ ਦੇ ਵਿੱਚ ਵਿਆਂਸ਼یوں ਦੀ ਸਰਕਾਰ ਦੇ ਵਿੱਚ ਇਹਦਾ ਬਾਪੂ ਉਹਦੇ ਨਾਲ ਸੀ ਤੇ ਉਥੇ ਜਿਹੜਾ ਇੱਕ ਪਾਸੇ ਸਾਡੇ ਫਾਜ਼ਲ ਸਾਹਿਬ ਹੋਣੀ ਆਪਣੀ ਜਿਹੜੀ ਜੰਗ ਲੜ ਰਏ ਸੀ ਕੌਮ ਦੇ ਪੰਥ ਦੀ ਤੇ ਦੂਜੇ ਪਾਸੇ ਇਹ ਸਰਕਾਰਾਂ ਮਾਨ ਕੇ ਉਹਨਾਂ ਨੌਜਵਾਨਾਂ ਨੂੰ ਮਾਰਾ ਰਹੇ ਸੀ ਫੇਰ ਅੱਜ ਕਿਵੇਂ ਪੰਥ ਦੇ ਕੌਮ ਦੇ ਕੱਲ ਨੂੰ ਤਾਂ ਐਵੇਂ ਰਮਨਜੀਤ ਸਿੰਘ ਬਿੱਟੂ ਆ ਕੇ ਕਹਿ ਦੂ ਵੀ ਅੱਜ ਮੈਨੂੰ ਪੰਥ ਦੇ ਕੌਮ ਦਾ ਦਰਦ ਉੱਠਿਆ ਤੇ ਮੈਂ ਕੌਮ ਦੇ ਨਾਲ ਖੜਨਾ ਚਾਹੁੰਦਾ ਤੇ ਫੇਰ ਕੱਲ ਨੂੰ ਅਸੀਂ ਉਹਦੀ ਵੀ ਫੋਟੋ ਲਾ ਦੀਏ ਬਿੱਟੂ ਸਾਹਿਬ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੁੰਦੇ ਹੋ ਜਾਂ ਬਿਆਨ ਜਿਹੜੇ ਦਿੰਦੇ ਨੇ ਬੰਤੀ ਸਿੰਘਾ ਨੂੰ ਲੈ ਕੇ ਹਾਲਾਂਕਿ ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਕਿਹਾ ਸੀ ਵੀ ਪੀਐਮ ਮੋਦੀ ਨੇ ਜਿਹੜੇ ਉਹ ਕਾਨੂੰਨ ਵਾਪਸ ਲੈ ਲੈਣਾ ਮੈਂ ਕਹਿ ਦੂੰਗਾ ਵੀ ਠੀਕ ਆ ਬੰਤੀ ਸਿੰਘ ਛੱਡੋ ਪਰ ਹੁਣ ਉਸ ਤੋਂ ਬਾਅਦ ਜਿਹੜਾ ਹੋਇਆ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਯੂ ਟਰਨ ਕੀਤਾ ਸੀ ਉਸ ਤੋਂ ਬਾਅਦ ਫਿਰ ਬਿਆਨ ਉਹੀ ਆ ਗਏ ਸੀ ਬਿਆਨ ਕਿਵੇਂ ਦੇਖਦੇ ਹਾਂ ਹਾਲਾਂਕਿ ਬਹੁਤ ਟਾਈਮ-ਟਾਈਮ ਤੇ ਬਿਆਨ ਦਿੰਦੇ ਰਹਿੰਦੇ ਨੇ ਉਹ ਜਿਵੇਂ ਦੇਖੋ ਬਿੱਟੂ ਸਾਹਿਬ ਨੂੰ ਇੱਕਦਾਂ ਫੋਨ ਬਹੁਤ ਆਉਂਦੇ ਨੇ ਧਮਕੀਆਂ ਭਰੇ ਗੱਲ ਇਹ ਆ ਵੀ ਵਾਈਸ ਕਯੂਟੀ ਮਿਲ ਗਈ ਆ ਇਦੋਂ ਅੱਗੇ ਤਾਂ ਹੁਣ ਜੈਡ ਰਹਿ ਗਈ ਆ ਫਿਰ ਉਹ ਤੋਂ ਬਾਅਦ ਤਾਂ ਜੇ ਫੇਰ ਵੀ ਹਜੇ ਕਰਨਗੇ ਮੈਨੂੰ ਆ ਚੀਜ਼ ਆ ਰਹੀ ਆ ਇਦੋਂ ਅੱਗੇ ਤਾਂ ਮੈਨੂੰ ਲੱਗਦਾ ਭਾਰਤੀ ਦੀ ਸਰਕਾਰ ਵੀ ਹੱਥ ਖੜੇ ਕਰ ਜੂ ਵੀ ਇਦੋਂ ਅਗਲੀ ਗ ਆਪਣੀ ਚੱਲ ਜੀ ਸੋ ਮੈਂ ਤਾਂ ਇੰਨਾ ਕੇ ਦੇਖਦਾ ਮਿੱਟੂ ਸਾਹਿਬ ਨੂੰ ਹੁਣ ਉਹ ਮਿੱਟੂ ਸਾਹਿਬ ਦੱਸਣਗੇ ਵੀ ਉਹ ਕੀ ਦੇਖਦੇ ਆ ਆਪਣੇ ਚ ਤਾਂ ਕਿ ਕੀ ਮੁੱਦੇ ਲੈ ਕੇ ਜਾ ਰਹੇ ਹਾਂ ਲੋਕਾਂ ਦੇ ਵਿੱਚ ਆਖਰੀ ਸਵਾਲ ਹੈ ਕਿੰਨਾ ਮੁੱਦਿਆਂ ਤੇ ਤੁਹਾਡੀ ਪਾਰਟੀ ਚੋਂ ਲੜ ਰਹੀ ਹੈ ਜਾਂ ਅਮਰਤਪਾਲ ਸਿੰਘ ਕੀ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਜੋ ਲੋਕ ਤੁਹਾਨੂੰ ਵੋਟਾਂ ਪਾਓ ਦੇਖੋ ਅਸੀਂ ਨਾ ਤਾਂ ਕੋਈ ਜੁਨਟਾ ਮਾਪਿਆਂ ਕੋਈ 1000 2000 ਰੁਪਏ ਅੱਜ ਕਹਿੰਦੇ 1200 ਕਰਤਾ 1000 ਦਾ ਅਸੀਂ ਦਾ ਅਸਲ ਮੁੱਦੇ ਜਿਹੜੇ ਪੰਜਾਬ ਦੀ ਨੌਜਵਾਨੀ ਦੇ ਮੁੱਦੇ ਆ ਉਹ ਹੈਗੇ ਵੀ ਅੱਜ ਦੀ ਨੌਜਵਾਨੀ ਜਿਹੜੀ ਨਸ਼ਾ ਮੁਕਤ ਹੋਣੀ ਚਾਹੀਦੀ ਆ ਉਹਦੇ ਨਾਲ ਨਾਲ ਜਿਹੜੇ ਸਾਡੇ ਮੇਨ ਇੰਡਸਟਰੀ ਗਾ ਲੁਧਿਆਣੇ ਦੇ ਵਿੱਚ ਉੱਥੇ 70% ਜਿਹੜਾ ਰਖਮਨ ਕੋਟਾ ਜਿਹੜਾ ਹੈਗਾ ਸਾਡੇ ਪੰਜਾਬ ਦੇ ਲੋਕਾਂ ਲਈ ਹੋਣਾ ਚਾਹੀਦਾ ਤਾਂ ਜੋ ਜਿਹੜੇ ਸਾਡੇ ਬੱਚੇ ਜਿਹੜੇ ਆ ਪਲੱਸ 2 ਕਰ ਕਰਕੇ ਇੱਥੇ ਮਾਈਗ੍ਰੇਟ ਹੋ ਕੇ ਬਾਹਰ ਜਾ ਰਹੇ ਆ ਉਹਨਾਂ ਨੂੰ ਜੇ ਇੱਥੇ ਸਾਰਾ ਕੁਝ ਮਿਲਦਾ ਹੋਵੇ ਤੇ ਸਾਡੇ ਬੱਚਿਆਂ ਨੂੰ ਇੱਥੇ ਬਾਹਰ ਨਾ ਜਾਣਾ ਪਵੇ ਤੀਜਾ ਜਿਹੜਾ ਮੁੱਦਾ ਹੈਗਾ ਸਾਡੇ ਪਾਣੀਆਂ ਦਾ ਮੁੱਦਾ ਬਾਅਦ ਜ ਸਾਡੇ ਪਾਣੀ ਜਿਹੜੇ ਗੰਦੇਲੇ ਇੱਥੇ ਫੈਕਟਰੀਆਂ ਦੇ ਗੰਦੇ ਪਾਣੀ ਜਿਹੜੇ ਉੱਥੇ ਪਾਏ ਜਾ ਰਹੇ ਆ ਜਾਂ ਸਾਡੀ ਧਰਤੀ ਦੇ ਵਿੱਚ ਜਿਹੜਾ ਬੋਰ ਕਰ ਕਰਕੇ نیچے ਜਿਹੜੇ ਪਾਏ ਜਾ ਰਹੇ ਆ ਸਾਡੇ ਲੋਕਾਂ ਨੂੰ ਕੈਂਸਰ ਜਾਂ ਹੋਰ ਬਿਮਾਰੀਆਂ ਹੋ ਰਹੀਆਂ ਨੇ ਇੱਕ ਬੁੱਢਾ ਨਾਲੇ ਦਾ ਮੇਨ ਇੱਥੇ ਪ੍ਰੋਬਲਮ ਆ ਰਹੀ ਆ ਉੱਥੇ ਵੀ ਜਿਹੜੇ ਲੋਕ ਆ ਜਦ ਪਾਣੀ ਬਾਰਿਸ਼ ਜਾਦੇ ਆ ਜਾਂਦੀ ਆ ਉਹਦੀ ਸਫਾਈ ਨਹੀਂ ਹੁੰਦੀ ਤੇ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਜਾਂਦਾ ਤੇ ਲੋਕ ਜਿਹੜੇ ਆ ਉੱਥੇ ਕੈਂਸਰ ਨਾਲ ਮਰ ਰਹੇ ਆ ਤੇ ਇਹ ਜਿਹੜੇ ਬਦਲਾਵ ਜਾਂ ਸਮਾਰਟ ਸਿਟੀ ਦਾ ਬਦਲਾਵਾ ਇਹਨਾਂ ਨੇ 10 ਸਾਲ ਬਿੱਟੂ ਜੀ ਨੇ ਜਿਹੜੀ ਐਮਪੀ ਦੀ ਸੀਪ ਮਾਣੀ ਆ ਤੇ ਅੱਜ ਤੱਕ ਉਹਨਾਂ ਨੇ ਪੰਜਾਬ ਦੀ ਗੱਲ ਜਾਂ ਲੁਧਿਆਣੇ ਦੀ ਗੱਲ ਨਹੀਂ ਕੀਤੀ ਉਹ ਸਾਹਿਬ ਦੀ ਜੋ ਉਹਨਾਂ ਨੂੰ ਕਰਨੀ ਚਾਹੀਦੀ ਆ ਉਹ ਅਸੀਂ ਜਿਹੜੀ ਵੱੱਟ ਚੜਕੇ ਉੱਥੇ ਲੜਾਈ ਲੜਾਂਗੇ ਵੋਟਰਾਂ ਨੂੰ ਕੀ ਕਹਿਣਾ ਚਾਹਾਂ ਵੋਟਰਾਂ ਨੂੰ ਤੇ ਆਖਰੀ ਮੈਸੇਜ ਇਹੀ ਹੋਊਗਾ ਵੀ ਜਿਹੜੇ ਅੱਜ ਅਸੀਂ ਸਾਡੇ ਕਿਸਾਨ ਮਜ਼ਦੂਰ ਜਾਂ ਸਾਡੇ ਜਿਹੜੇ ਟੀਚਰਸ ਨੇ ਜਾਂ ਸਾਡੇ ਜਿਨੇ ਵੀ ਨਰਸ ਜਾਂ ਹੋਰ ਵੀ ਜਿਨੇ ਅੱਜ ਧਰਨਿਆਂ ਦੇ ਬੈਠੇ ਆ ਅੱਜ ਮੌਕਾ ਵਾ ਅੱਜ ਜੇ ਪੰਜਾਬ ਪੱਖੀ ਜਿਹੜੀ ਰਾਜਨੀਤੀ ਆ ਜੇ ਅਸੀਂ ਉਹਨੂੰ ਸਰਜੀਤ ਦੁਆਰਾ ਕਰਦੇ ਆ ਤੇ ਤੁਹਾਨੂੰ ਇਹ ਵਾਅਦਾ ਕਰਦੇ ਆ ਵੀ ਤੁਹਾਨੂੰ ਧਰਨਿਆਂ ਦੇ ਨਹੀਂ ਬਹਿਣਾ ਪਊਗਾ ਤੁਹਾਡੇ ਤੋਂ ਪਹਿਲਾਂ ਜਿਹੜੇ ਮਾਰੂ ਕਾਨੂੰਨ ਬਣਦੇ ਹੋਣਗੇ ਅਸੀਂ ਇੱਕ ਡਾ ਕੇ ਉੱਥੇ ਲੜਾਂਗੇ ਇੱਕ ਵਾਰ ਸਾਥ ਦੇ ਕੇ ਦੇਖੋ ਜਿਹੜਾ ਪੰਥ ਪੱਕੀ ਜਾਂ ਪੰਜਾਬ ਪੱਕੀ ਜਿਹੜੀ ਰਾਜਨੀਤੀ ਆ ਉਹਨੂੰ ਦੁਬਾਰਾ ਸਰਜੀਤ ਕਰਕੇ ਦੇਖੋ ਜਿਹੜਾ ਖਾਲਸਾ ਰਾਜ ਦੀ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਆਉਂਦੇ ਆ ਤੁਹਾਨੂੰ ਉਹ ਖਾਲਸਾ ਰਾਜ ਇੱਥੇ ਪੰਜਾਬ ਵਿੱਚ ਦੁਬਾਰਾ ਵਸਦਾ ਦਿਖੂਗਾ ਸਮਾਂ ਦੇਣ ਲਈ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸੀ ਭਾਈ ਅਮਰਤਪਾਲ ਸਿੰਘ ਜਿਹੜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਲੁਧਿਆਣਾ ਤੋਂ ਚੋਣ ਲੜ ਰਹੇ ਨੇ ਵੋਟਰਾਂ ਨੂੰ ਅਪੀਲ ਕਰ ਰਹੇ ਨੇ ਕਿ ਕਿਹਨਾ ਮੁੱਦਿਆਂ ਨੂੰ ਲੈ ਕੇ ਇਹ ਵੋਟ ਆ ਜਿਹੜੀ ਲੋਕਾਂ ਤੋਂ ਮੰਗਦੇ ਨੇ ਤਾਂ 1 ਜੂਨ ਆ ਜਿਹੜੀ ਪਹਿਲਾ ਦਿਨ ਸੀ ਦਿਨਾਂ ਤੋਂ ਹੁਣ ਘੰਟਿਆਂ ਦੀ ਉਹ ਜਿਹੜੀ ਗੇਮ ਆ ਰਹਿ ਗਈ ਆ ਤਾਂ 1 ਜੂਨ ਨੂੰ ਲੋਕ ਦੱਸਣਗੇ ਲੁਧਿਆਣਾ ਦੇ ਲੋਕ ਦੱਸਣਗੇ ਕਿ ਕਿਹਨੂੰ ਵੋਟ ਪਾਉਂਦੇ ਨੇ ਕੀਤੇ ਆਪਣਾ ਵਿਸ਼ਵਾਸ ਹੈ ਜਿਹੜਾ ਜ਼ਾਹਿਰ ਕਰਦੇ ਨੇ ਤੇ ਕਿਹਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਂਦੇ ਨੇ ਕੈਮਰਾ ਪਰਸਨ ਦਲਜੀਤ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਲੁਧਿਆਣਾ